सतनाम श्री वाहिगुरु जी दोहरा खुतबो बहमणी थोकै उहां पिंड को नाम बहुत बहीरी है तह बड़े देख सो वस्ते ग्राम वाहिगुरु जी का खालसा वाहिगुरु जी की फतेह। गुरु की साजी नवाजी हुई गुरु खालसा साध संगत जी सतगुरां दे सचखंड दरबार दियां हाजरियां भर रहे हो और महाराज सच्चे पातशाह जी दी अमृतमई बाणी दा कीर्तन सरवण कीता है। कलयुग में कीर्तन प्रधाना गुरमुख जपिए लाए ध्याना और जिथे महाराज ने कीर्तन की महिमा दर्शाई है सब ते उत्तम हर की कथा नाम सुनत तर दुख लथा। गुरुआ दी ऋषिया मुनिया अवतारा सूरबीर योध्या बहादुरां महापुरशा की कथा नूं भी हरी कथा नूं भी महानता दित्ती है। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਵੱਡਿਆਂ ਵਡੇਰਿਆਂ ਦੀਆਂ ਕਹਾਣੀਆਂ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਅਥਵਾ ਪੁੱਤਰ ਸਪੁੱਤਰ ਹੀ ਵੱਡਿਆਂ ਦੀਆਂ ਕਥਾ ਕਹਿੰਦੇ ਔਰ ਸੁਣਦੇ ਹਨ। ਸੋ ਵੱਡੇ ਘੱਲੂ ਘਾਰੇ ਦੀ ਕਥਾ ਕਵੀ ਰਾਜ ਭਾਈ ਰਤਨ ਸਿੰਘ ਜੀ ਪੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖੀ ਹੈ। ਕਵੀ ਜੀ ਕਹਿੰਦੇ ਹਨ ਕਿ ਇਹ ਵੱਡਾ ਘੱਲੂ ਘਾਰਾ ਅਹਿਮਦ ਸ਼ਾਹ ਅਬਦਾਲੀ ਨਾਲ ਖਾਲਸੇ ਦਾ ਮਾਲਵੇ ਦੀ ਧਰਤੀ 'ਤੇ ਰਾਏਕੋਟ ਤੋਂ ਲੈ ਕੇ ਬਰਨਾਲੇ ਗਹਿਲਾ ਪਿੰਡ ਤੱਕ ਬੜਾ ਭਾਰੀ ਘਮਸਾਣ ਦਾ ਯੁੱਧ ਮਚਿਆ। ਇਹ ਬਹੁਤ ਵੱਡਾ ਪਸਾਰਾ ਸੀ। ਕਈ ਮੀਲਾਂ ਵਿੱਚ ਇਸ ਲੜਾਈ ਦਾ ਅਸਰ ਦੇਖਿਆ ਜਾ ਰਿਹਾ ਸੀ। ਲਗਭਗ 30-40 ਕੋਹ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਖਿਲਰ ਗਈਆਂ ਸਨ। ਬੀਬੀਆਂ ਬੱਚੇ ਬੁੱਢੇ ਨੌਜਵਾਨ ਸਿੰਘ ਇੱਥੇ ਲਗਭਗ 30,000 ਸ਼ਹੀਦ ਹੋ ਗਏ ਸਨ। 10,000 ਅਬਦਾਲੀ ਦੀ ਫੌਜ ਵੀ ਮਰੀ ਸੀ। ਸੋ ਸਾਧ ਸੰਗਤ ਜੀ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਨੂੰ ਖਤਮ ਕਰਨ ਦਾ ਇਰਾਦਾ ਲੈ ਕੇ ਆਇਆ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਪੰਥ ਇਸ ਕਸਵੱਟੀ 'ਚ ਪੂਰਾ ਉਤਰਿਆ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਹੋਏ। ਡਾਢੇ ਦਾ ਪੰਥ ਕਦੀ ਖਤਮ ਹੋ ਨਹੀਂ ਸਕਦਾ। ਅਬਦਾਲੀ ਨਾਲ ਯੁੱਧ ਕਰਦੇ ਹੋਏ ਸਿੰਘਾਂ ਦੇ ਜੋ ਜੌਹਰ ਸਨ ਉਹ ਭਾਈ ਰਤਨ ਸਿੰਘ ਜੀ ਨੇ ਦਿਖਾਏ ਹਨ। ਖਾਸ ਕਰਕੇ ਬਾਬਾ ਜੱਸਾ ਸਿੰਘ ਦੀ ਆਲੂ ਵਾਲੀਆ, ਚੜਤ ਸਿੰਘ ਸੋਕਰ ਚੱਕੀਆ, ਜੈ ਸਿੰਘ ਕਨਹੱਈਆ, ਸਾਰੀਆਂ ਹੀ ਮਿਸਲਾਂ ਸਾਰੇ ਹੀ ਦਲ ਖਾਲਸੇ ਦੇ ਜੂਝ ਰਹੇ ਸਨ ਔਰ ਉਹ ਇੱਕ ਸਾਂਝੀ ਲੜਾਈ ਸੀ ਪੂਰੀ ਕੌਮ ਦੀ, ਪੂਰੇ ਪੰਥ ਦੀ ਜਿਹੜੀ ਖਾਲਸੇ ਨੇ ਲੜੀ ਹੈ। ਆਓ ਇਸ ਵੱਡੇ ਘੱਲੂ ਘਾਰੇ ਦੀ ਕਥਾ ਔਰ ਇਹ ਵੀ ਸਬੱਬ ਹੈ ਕਿ ਇਹ ਜਿਹੜੇ ਦਿਨ ਚੱਲ ਰਹੇ ਨੇ ਫਰਵਰੀ ਦਾ ਹਫ਼ਤਾ ਚੱਲ ਰਿਹਾ ਹੈ 5 ਫਰਵਰੀ ਤੋਂ ਲੈ ਕਰਕੇ ਇਹ ਉਹੀ ਦਿਨ ਹਨ ਜਦੋਂ ਇਹ ਘੱਲੂ ਘਾਰੇ ਦੇ ਜ਼ਖਮ ਪੰਥ ਨੇ ਸਹਾਰੇ ਸਨ। ਆਓ ਪਿਆਰ ਨਾਲ ਸੁਣੀਏ ਸਾਰੀ ਸੰਗਤ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਕੁਤਬੋ ਬਾਹਮਣੀ ਥੋਕੈਤ ਉਹਾਂ ਪਿੰਡ ਕੋ ਨਾਮ ਉੱਥੇ ਇੱਕ ਪਿੰਡ ਸੀ ਜਿਹਦਾ ਨਾਮ ਕੁਤਬਾ ਬਾਹਮਣੀ ਕਹਿੰਦੇ ਹਨ। ਹੁਣ ਵੀ ਉਹ ਪਿੰਡ ਮੌਜੂਦ ਹੈ ਕੁਤਬਾ ਬਾਹਮਣੀ। ਹਾਂਜੀ ਬਹੁਤ ਬਹੀਰੀਏ ਤੈਂ ਬੜੇ ਦੇਸੋ ਵਾਸਤੇ ਗਾਮ ਬੀਬੀਆਂ ਆਪਣੇ ਬੱਚਿਆਂ ਨੂੰ ਲੈ ਕੇ ਉਸ ਪਿੰਡ 'ਚ ਵੜੀਆਂ। ਵਹੀਰ ਵਾਲੇ ਬਜ਼ੁਰਗ ਬਿਮਾਰ ਵਹੀਰ ਦੇ ਬੱਚੇ ਇਸ ਕਰਕੇ ਉਸ ਪਿੰਡ 'ਚ ਵੜੇ ਕਿ ਚਲੋ ਪਿੰਡ ਵੱਸਦਾ ਹੈ ਕੋਈ ਸਾਨੂੰ ਪਨਾਹ ਦੇ ਦੇਣਗੇ, ਲੁਕ ਛਿਪ ਕੇ ਟਾਈਮ ਕੱਟ ਲਈਏ। ਜਾਨਾਂ ਬਚਾਉਣ ਦੇ ਵਾਸਤੇ ਲੋਕ ਕੁਤਬੇ ਬਾਹਮਣੀ ਪਿੰਡ ਦਾ ਸਹਾਰਾ ਲੈਣ ਲੱਗੇ। ਕੁਤਬਾ ਬਾਹਮਣੀ ਪਿੰਡ ਜਿਹੜਾ ਸੀ ਉਹ ਮਲੇਰਕੋਟਲੇ ਦੇ ਪਠਾਣਾਂ ਦੇ ਅਧੀਨ ਪੈਂਦਾ ਸੀ। ਯਾਨੀ ਕੁਤਬੇ ਪਿੰਡ ਵਾਲੇ ਪਠਾਣਾਂ ਦੇ
पठाना दी रईयत सन पठाना दी प्रजा सन लिए मलेरिया ने तह वह केरी मलेर कोटले वाले ने जाके कुतबा बामनी पिंड नू घेरा पा लिया तिने ग्राम लोकन कह दियो मलेर कोटले वाले ने पिंड वाले नू सद के आख्या मार लूटन सिंगन लियो ए तुसी सिखा नू पनाह ना दियो ए सरकार दे दुश्मन हन इस्लाम दे दुश्मन हन ए साडे दुश्मन हन तां साध संगत जी पिंड वाले उल्टा सिखा नू जल पानी दा की शगाना सी घरां विच ही मारन लग पए बजाए ढोल फिर बाहर तै फिर पिंड वाले सारे हथियार लैके ढोल बजा के सिखा नाल लड़न दी बाहर भी निकल आए गैल बहीरे ते भी पै ओ भी बहीर दे मगर पै गए किते दे बहीर वाले उन्हां दा सहारा तक के उन्हां कोल गए सन भी ये पेंडू लोग हन पंजाबी लोग हन अबदाली नाल साडी लड़ाई है जिहड़ा पठान चढ़ के बाहरले मुल्क तो आया अफगानिस्तान तो ते इह भरा साडे शायद सानू पनाह दे देणगे कोई तरस करनगे बीबियां ते बच्चे लचारी दे विच बेवसी दे विच उन्हां दा सहारा तक के कुतबा बामणियां पिंड च बड़े सन पर अबदाली दे जरनैलां ने साध संगत दी अबदाली दियां फौजां दा इन्ना प्रभाव सी मलेर कोटड़े वालिआं दा इन्ना प्रभाव सी कि पिंड वाले भी अबदाली दी फौज नाल रल के सिखां नूं मारन लगे तो बहीर पयो हाहाकार उस वेले ओह कुतबा बामणियां पिंड दे विच जिहड़े लोग फसे जेड़े उन्हां लोकां दे हथों मारे गए हाहाकार मच गई सो चढ़ सिंह ने सुनी पुकार ओह बहीर दी हाहाकार बाबे चढ़त सिंह ने जदों सुनी करी तोड़ पर पिंडन वार चढ़त सिंह फौज लै के ओह पिंड वालिआं दे जा पिआ कुतबा बामणी वालिआं ते ਤੁਸੀਂ ਸਾਡੇ ਸਿੱਖਾਂ ਪਰਿਵਾਰਾਂ ਨੂੰ ਕਿਉਂ ਮਾਰਦੇ ਹੋ ਮਾਰ ਰੰਗੜ ਵਿੱਚ ਕੱਢੇ ਤਲਵਾਰ ਉਹਨੇ ਫਿਰ ਆਪਣੀ ਦੇਗ ਦੀ ਧਾਰ ਥੱਲੇ ਰੰਗੜ ਲਿਆਂਦੇ ਫਿਰ ਉਹ ਜਿਹੜੇ ਰੰਗੜ ਖਾਲਸੇ ਦੇ ਜਵੈਰੀ ਬਣੇ ਹੋਏ ਸਨ ਪਿੰਡ ਪਿੰਡਾਂ ਦੇ ਵਿੱਚ ਵਹੀਰ ਨੂੰ ਮਾਰ ਰਹੇ ਸਨ ਫਿਰ ਚੜ੍ਹਤ ਸਿੰਘ ਨੇ ਉਹਨਾਂ ਰੰਗੜਾਂ ਨੂੰ ਸੋਧਾ ਲਾਇਆ ਮਰਦ ਸਿੰਘ ਤਿੰਨ ਲੈ ਬਚਾਏ ਮਰਦੇ ਹੋਏ ਵਹੀਰ ਦੇ ਬੱਚੇ ਬੀਵੀਆਂ ਬੁੱਢੇ ਚੜ੍ਹਤ ਸਿੰਘ ਨੇ ਬਚਾ ਲਏ ਮਾਰੇ ਰੰਗੜ ਖੂਬ ਬਣਾਏ ਔਰ ਰੰਗੜਾਂ ਨੂੰ ਖੂਬ ਸੋਧਾ ਲਾਇਆ ਕੁਤਬਾ ਬਾਮਣੀ ਰੰਗੜਾਂ ਦਾ ਪਿੰਡ ਸੀਗਾ ਤੇ ਰੰਗੜ ਸਾਧ ਸੰਗਤ ਜੀ ਇੱਕ ਐਸੀ ਬਰਾਦਰੀ ਸੀ ਜਿਹੜੇ ਖਾਲਸੇ ਨਾਲ ਮੁੱਢ ਤੋਂ ਹੀ ਜੰਗ ਯੁੱਧ ਕਰਦੇ ਰਹੇ ਹਨ ਜਦੋਂ ਸ੍ਰੀ ਕਲਗੀਧਰ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਨ ਆਲਾ ਦੁਆਲਾ ਦੋ ਜਾਤੀਆਂ ਦਾ ਸੀ ਗੁੱਜਰ ਇੱਕ ਰੰਗੜ ਗੁੱਜਰ ਦੇ ਰੰਗੜ ਸਿੰਘਾਂ ਨਾਲ ਲੜਿਆ ਕਰਦੇ ਸਨ ਸ੍ਰੀ ਅਨੰਦਪੁਰ ਸਾਹਿਬ ਦੀਆਂ ਜੰਗਾਂ ਵਿੱਚ ਗੁੱਜਰਾਂ ਦੇ ਰੰਗੜਾਂ ਨਾਲ ਹੀ ਜ਼ਿਆਦਾ ਜੰਗਾਂ ਹੋਈਆਂ ਹਨ ਜਮਤੁੱਲਾ ਭਾਊ ਰੰਗੜਾਂ ਦਾ ਸਰਦਾਰ ਸੀ ਜਿਹੜਾ ਗੁਰੂ ਖਾਲਸੇ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮਾਰਿਆ ਸੀ ਗੁਰੂ ਪ੍ਰਤਾਪ ਸੂਰਤ ਵਿੱਚ ਉਸਦੀ ਕਥਾ ਆਉਂਦੀ ਹੈ ਇਹ ਰੰਗੜ ਜਿਹੜੇ ਸਨ ਸਿੱਖਾਂ ਨੂੰ ਮਾੜਾ ਹੀ ਸਮਝਦੇ ਸਨ ਤੋ ਰੰਗੜਾਂ ਨਾਲ ਚੜ੍ਹਤ ਸਿੰਘ ਦੀ ਤਲਵਾਰ ਖੜਕੀ ਹੈ ਜੋ ਪਿੰਡ ਤੇ ਬਾਹਰ ਹਥਿਆਇਓ ਜਿਹੜਾ ਕੋਈ ਰੰਗੜ ਪਿੰਡ ਤੋਂ ਬਾਹਰ ਨਿਕਲਿਆ ਸੀ ਸਿੰਘਾਂ ਨੂੰ ਮਾਰਨ ਵਹੀਰ ਨੂੰ ਮਾਰਨ ਉਹ ਚੜ੍ਹਤ ਸਿੰਘ ਦੇ ਹੱਥ ਆ ਗਿਆ ਬਾਹਰ ਕੂੜ ਤੇ ਸੀਸ ਕਟਾਇਓ ਫਿਰ ਚੜ੍ਹਤ ਸਿੰਘ ਨੇ ਕੋਈ ਲਿਹਾਜ਼ ਨਹੀਂ ਕੀਤਾ ਵੀ ਇਹ ਪੇਂਡੂ ਲੋਕ ਹਨ ਜੇ ਸਾਡੇ ਦੁਸ਼ਮਣ ਹਨ ਤੇ ਫਿਰ ਸਾਡੇ ਕੀ ਲੱਗਦੇ ਹਨ ਮਾਰ ਮੁੜ ਦਲ ਮੇਰੇ ਚੜ੍ਹਤ ਸਿੰਘ ਉਹਨਾਂ ਰੰਗੜਾਂ ਨੂੰ ਮਾਰ ਕੇ ਤੇ ਵਾਪਸ ਖਾਲਸੇ ਦੇ ਦਲ ਵਿੱਚ ਜਾ ਰਲਿਆ ਕਰਨ ਲੱਗੋ ਪਰ ਗਿਲਜਨ ਹੱਲਾ ਫਿਰ ਉਹ ਗਿਲਜਿਆਂ ਦੇ ਉੱਤੇ ਅਬਦਾਲੀ ਦੇ ਹੱਲਾ ਕਰਨ ਲੱਗਾ ਸਾਧ ਸਿੰਘ ਜੀ ਕਿਹੋ ਜਿਹੀ ਮਿੱਟੀ ਦੇ ਸਿੰਘ ਬਣੇ ਸਨ ਥਕਾਵਟ ਉਹਨਾਂ ਦੇ ਨੇੜੇ ਨਹੀਂ ਸੀ ਆਉਂਦੀ ਪੱਕਦੇ ਨਹੀਂ ਸਨ ਯੁੱਧ ਕਰਦੇ ਹੋਏ ਤੇ ਬਿਜਲੀ ਦੀ ਤਰ੍ਹਾਂ ਦੁਸ਼ਮਣ ਦੇ ਸਿਰ ਤੇ ਜਾ ਪੈਂਦੇ ਸਨ ਚੜ੍ਹਤ ਸਿੰਘ ਸੁੱਕਰ ਚੱਕੀਆ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਾਦਾ ਹੋਇਆ ਹੈ ਪੰਥ ਦੇ ਵਿੱਚ ਬਹੁਤ ਨਾਮੀ ਜਰਨੈਲ ਪਹਿਲਾਂ ਉਹਨੇ ਪਿੰਡ ਦੇ ਲੋਕਾਂ ਨੂੰ ਜਿਹੜੇ ਰੰਗੜ ਸਨ ਉਹਨਾਂ ਨੂੰ ਸੋਧਾ ਲਾਇਆ ਫਿਰ ਆਪਣੇ ਸਾਥੀਆਂ ਨਾਲ ਜਾ ਕੇ ਅਬਦਾਲੀ ਦਾ ਮੁਕਾਬਲਾ ਕਰਨ ਲੱਗਾ ਸਿਆਣਾ ਨੇ ਸੋ ਲਿਓ ਹਟਾਏ ਸਿਆਣੇ ਸਿੰਘਾਂ ਨੇ ਰੋਕਿਆ ਚੜ੍ਹਤ ਸਿੰਘ ਜੀ ਤੁਸੀਂ ਅੱਗੇ ਨਾ ਜਾਓ ਤੁਸੀਂ ਅਬਦਾਲੀ ਦੀ ਫੌਜ ਦੇ ਘੇਰੇ ਵਿੱਚ ਨਾ ਜਾਇਆ ਕਰੋ ਇਹਾਂ ਲੜਦ ਮੁੜ ਨਾ ਪਲਾਏ ਹੁਣ ਇੱਥੇ ਆਪਾਂ ਨੂੰ ਲੜਨ ਦਾ ਕੋਈ ਫਾਇਦਾ ਨਹੀਂ ਹੈ ਆਪਾਂ ਇੱਥੇ ਲੜ ਕੇ ਜਿੱਤ ਨਹੀਂ ਸਕਦੇ ਇੱਥੇ ਤਾਂ ਬਚ ਕੇ ਜਾਣਾ ਹੀ ਸਿਆਣਪ ਹੈ ਇੱਥੇ ਆਪਣੀ ਫੌਜ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਬਚਾ ਲਈਏ ਜਿੰਨਾ ਕੁ ਬਚਾ ਸਕਦੇ ਹਾਂ ਵੱਧ ਚੜ੍ਹ ਕੇ
यही साड़ा पला है। दोहरा गिरजे भी लड़ थक परे खड़े रहते होए। अहमद शाह अब्दाली दी फौज भी लड़ लड़ के थक गई सी। उन्हां दा भी जोर लग्या पिया सी। फरवरी दा महीना सी, धुप्पां चढ़ गईयां सन ते दिन भी वड्डे हो रहे सन। इस करके अब्दाली दी फौज जड़ी सी पानी तो प्यास न मरन लगी है। सिंह भी अग्यो नैंटले पी जल समते सोए। उद्वा बामणी दे लागे एक बहुत वड्डा तालाब सी, पानी दा ढाब सी, जिन्हों आपां पिंडा च आम चप्पड़ जां जोड़ कह दिंदे आ। उत्थे सिंघां ने घोड़िया नूं भी पानी पिया लिया ते आप भी पानी पी लिया। पानी पी के सिंह फिर शेर बन गए। अब्दाली दी फौज नूं रोक लिया, नूं पानी दे नेड़े नहीं आउण दिंदे सिंह। चौ पई सब सिंह उहां रह खलोए। उत्थे सिंह खलो के लड़न लगे कुतबा बामणी पिंड दे लागे। आए लड़दे बारां कोहे। बारां को लड़दे आए सन। बारां को पिछों लड़ाई शुरू होई सी। कुतबा बामणी तक बारां को दा सफर हो गया। तोड़ करी उन सो को सारी। अब्दाली दी फौज सो को 100 मील जां 100 मील नालों भी वड्डा को हुंदा है। किलोमीटर नालों मील वड्डे हुंदे जिहड़े अंग्रेजां दे समें हुंदे सन। को उस तों भी वड्डा हुंदा। 100 को दा मतलब है भी 200-250 किलोमीटर दा सफर। अब्दाली दी फौज दौड़ के आई सी घोड़ियां ते। इन्ना सफर करन करके उह पहलां भी थके होए सन। अगे उन्हां दी खालसे नाल टक्कर हो गई। बड़ी घमसान दा युद्ध हो गया जिहदे करके अब्दाली दी फौज हुण लड़नों हंब गई है, हट गई है। हांजी, इस कर पैसो गिलजे हारी। गिलजे भावें बड़े जवान सन, बड़े लड़ाके सन ते रोज जंगां च सफर करन वाले सन, पर इन्ना सफर करके थक गए सन। होरा सिकर दुपहर हो गयो परे धूप की ताड़। दुपहरा भी सिर दे उत्ते आ गया। सूरज दी ताड़ पैंदी सी ते गर्मी हुण चली नहीं सी जा रही। नठ नठ खड़ खड़ मुड़ लड़त तरस होत चित साड़। अगों सिंह जेड़े सन उह नठ नठ के फिर मुड़ के खलो जांदे सन, फिर लड़दे सन। अब्दाली दी फौज दा भी नुकसान हो रहा सी। उन्हां दे हजारां बंदे मारे जा चुके सन। 10,000 सिंह शहीद होया लड़ाका ते 10,000 ही अब्दाली दे बंदे मरे। सिखां दा नुकसान ज्यादा इस करके मन्निया जांदा वी उन्हां दे बच्चे बीबियां ते बुढ़े ओह एक्सट्रा 20,000 मरे हन। जिहड़ी लड़ाकी फौज सी ओह बराबर ही मरी है, पर अब्दाली दी फौज ज्यादा सी, सिंघां दी फौज थोड़ी सी। अब्दाली दी फौज दा जोर लग गया। गर्मी दे विच उन्हां कोलों हुण तुरिया नहीं जांदा पानी तों बिना। चौ पई घोड़े मर्द प्यासे पै। ते घोड़िया नूं पानी पीतिया नूं काफी टाइम हो गया सी। लगभग 2-2.5 लाख घोड़ा सी अब्दाली दे कोल। ओह प्यास नाल मर रहा सी। सफन के मुख सूख सो गए। घोड़िया दे भी मुँह सुक गए ते जवाना दे भी सुक गए। रस्ते में जल हाथ न आयो। इन्नी फौज वास्ते पानी कित्थों लभदा है। एक खूह दे उत्ते भी 100-150 बंदा कट्ठा हो जाए ना पानी पीण लई, ते ओह खूह दे विचों पानी कढ के 100 बंदिआं नूं पानी पियाणा कई घंटे लग जांदे है, टाइम लगदा। ते उत्थे दा 2.5 लाख बंदा सीगा ते खूहां दे पानी नाल कित्थे पूरी पैंदी सी। ते पानी खूह चों कढे कौण ते पियावे कौण, ते खूह इन्ने है भी नहीं सी मालवे विच। अब्दाली दी फौज नूं कोई वड्डा सारा पानी दा सागर जां कोई दरिया जां कोई नदी चाहीदी सी ਤਾਂ ਗੁਜ਼ਾਰਾ ਹੁੰਦਾ, ਪਰ ਉਹ ਨਹੀਂ ਮਿਲਿਆ, ਜਿਹਦੇ ਕਰਕੇ ਅਬਦਾਲੀ ਦੇ ਘੋੜਿਆਂ ਦਾ ਤੇ ਜਵਾਨਾਂ ਦਾ ਮੂੰਹ ਸੁੱਕਣ ਲੱਗਾ। ਜੋ ਆਇਓ ਤੋਂ ਪੀਣ ਕਉ ਪਾਇਓ। ਜੋ ਕੁਝ ਪਾਣੀ ਮਾੜਾ ਮੋਟਾ ਕਿਤੋਂ ਮਿਲਦਾ ਉਹ ਪਿਆਉਂਦੇ ਵੀ ਸਨ, ਪੀਂਦੇ ਵੀ ਸਨ, ਪਰ ਉਹਦੇ ਨਾਲ ਗੁਜ਼ਾਰਾ ਨਹੀਂ ਸੀ ਸਾਰੀ ਫੌਜ ਦਾ ਹੋ ਰਿਹਾ। ਕੋਤ 12 ਮੇ ਨਹਿ ਜਲ ਲੱਭਾ। 12 ਕੋ ਲੜਾਈ ਹੁੰਦੀ ਰਹੀ, 12 ਕੋ ਤੱਕ ਅਬਦਾਲੀ ਨੂੰ ਪਾਣੀ ਨਹੀਂ ਮਿਲਿਆ। ਪਿਤੋ ਦੋ ਤਰਫੀ ਚਾਹੇ ਸਬਾ। ਦੋਵੇਂ ਪਾਸੇ ਫੌਜ ਪੀਣਾ ਚਾਹੁੰਦੀ, ਸਿੱਖ ਵੀ ਪਾਣੀ ਪੀਣਾ ਚਾਹੁੰਦੇ ਸਨ ਤੇ ਅਬਦਾਲੀ ਦੀ ਫੌਜ ਵੀ ਪਾਣੀ ਤੋਂ ਬਿਹਾਲ ਹੋ ਰਹੀ ਸੀ। ਪਾਣੀ ਨਾ ਮਿਲਣ ਕਰਕੇ ਫੌਜਾਂ ਦੋਵੇਂ ਪਾਸੇ ਦੀਆਂ ਮਰਨ ਵਾਲੀਆਂ ਹੋਈਆਂ ਪਈਆਂ ਸਨ। ਸਭ ਕੋ ਜਲ ਤੈ ਨਦਰੀ ਆਇਆ। ਉੱਥੇ ਕੁਤਬੇ ਬਾਹਮਣੀ ਪਿੰਡ ਦੇ ਵਿੱਚ ਇੱਕ ਬੜੀ ਵੱਡੀ ਢਾਬ ਸੀ, ਬਹੁਤ ਵੱਡਾ ਛੱਪੜ ਸੀਗਾ ਜਿਹਦੇ ਵਿੱਚ ਪਾਣੀ ਖੜਾ ਸੀ ਬਰਸਾਤ ਦਾ।
ਉੱਥੇ ਦੋਵਾਂ ਫੌਜਾਂ ਨੂੰ ਪਾਣੀ ਨਜ਼ਰੀ ਆ ਗਿਆ। ਜਨ ਮਰ ਤੇ ਕਿਨਾ ਜੀਵਨ ਪਾਇਆ, ਜਿਵੇਂ ਮੁਰਦਿਆਂ 'ਚ ਜਾਨ ਆ ਗਈ ਹੋਈ। ਪਾਣੀ ਨੂੰ ਵੇਖ ਕੇ ਤਾਂ ਸਾਰੇ ਪਾਣੀ ਤੇ ਟੁੱਟ ਪਏ। ਭਰੀ ਟਾਪ ਬੱਟ ਦੋਵੇਂ ਨੱਠ, ਉਸ ਵੇਲੇ ਦੋਵੇਂ ਦਲ ਪਾਣੀ ਵੱਲ ਦੌੜੇ। ਸਿੱਖਾਂ ਦੀ ਫੌਜ ਵੀ ਪਾਣੀ ਨੂੰ ਪਈ ਭੱਜ ਕੇ। ਸਿੱਖਾਂ ਨੇ ਵੀ ਘੋੜਿਆਂ ਨੂੰ ਪਾਣੀ ਪਿਆਉਣਾ ਸੀ ਅਤੇ ਆਪ ਵੀ ਪੀਣਾ ਸੀ, ਅਤੇ ਅਬਦਾਲੀ ਦੀ ਫੌਜ ਵੀ ਉਹ ਵੀ ਪਿਆਸ ਨਾਲ ਮਰ ਰਹੀ ਸੀ। ਪਿਆਸੇ ਪਰੇ ਤੋਂ ਤਰਫੋਂ ਨੱਠ, ਦੋਵੇਂ ਪਾਸਿਓਂ ਦੋ ਤਰਫਿਆਂ ਤੋਂ ਪਿਆਸੇ ਨੱਠ ਪਏ, ਦੌੜ ਪਏ ਪਾਣੀ ਦੇ ਵਾਸਤੇ। ਬਹੀਰੀਏ ਪੀਚ ਹੈ ਪੀਓ ਪਾਣੀ, ਜਿਹੜੇ ਬਹੀਰ ਵਾਲੇ ਸਿੱਖ ਸਨ, ਭਾਵ ਬੀਬੀਆਂ ਬੱਚੇ ਬੁੱਢੇ, ਉਹ ਵੀ ਵਿਚਾਰੇ ਪਿਆਸੇ ਦੌੜ ਦੌੜ ਕੇ ਮਰੇ ਪਏ ਸਨ। ਪਾਣੀ ਉਹ ਵੀ ਪੀਣਾ ਚਾਹੁੰਦੇ ਸਨ। ਪਰਤ ਤਲਵਾਰ ਨੇ ਤਿੰਨੇ ਮਾਣੀ, ਉਸ ਵੇਲੇ ਸਾਧ ਸੰਗਤ ਜੀ ਪਾਣੀ ਦੀ ਪਿਆਸ ਇੰਨੀ ਜ਼ਿਆਦਾ ਸੀ ਵੀ ਸਿਰ ਤੇ ਤਲਵਾਰਾਂ ਪੈਂਦੀਆਂ ਨਹੀਂ ਨਜ਼ਰ ਆਈਆਂ, ਪਾਣੀ ਵੱਲ ਦੌੜੇ ਵੀ ਪਾਣੀ ਪੀ ਲਈਏ ਮਰਨ ਤੋਂ ਪਹਿਲਾਂ ਪਹਿਲਾਂ। ਕੈਸੀ ਹਾਲਤ ਹੋਵੇਗੀ ਵੀ ਜਦੋਂ ਬੰਦੇ ਨੂੰ ਭੁੱਖ ਅਤੇ ਪਿਆਸ ਲੱਗੀ ਹੋਵੇ, ਅਤੇ ਪਿਆਸ ਵੀ ਬੰਦੇ ਦੀ ਜਾਨ ਕੱਢ ਦਿੰਦੀ ਹੈ, ਅਤੇ ਉਦੋਂ ਫਿਰ ਮੌਤ ਨੂੰ ਵੀ ਲੜ ਕੇ ਮੌਤ ਨਾਲ ਪਾਣੀ ਪੀਣਾ ਚਾਹੁੰਦਾ। ਉੱਧਰ ਵੀ ਮੌਤ ਹੈ, ਉੱਧਰ ਵੀ ਪਿਆਸੇ ਵੀ ਮਰਨਾ ਮੌਤ ਨਾਲ ਹੈ, ਅਤੇ ਤਲਵਾਰ ਵੀ ਥੱਲੇ, ਉਹ ਵੀ ਉੱਤੇ ਦੁਸ਼ਮਣ ਲੈ ਕੇ ਸਿਰ 'ਤੇ ਖੜ੍ਹਾ ਹੈ। ਇਸ ਤਰ੍ਹਾਂ ਦੀ ਹਾਲਤ ਬਣ ਗਈ ਜਦੋਂ ਕੁਤਬੇ ਬਾਂਭਣੀਆਂ ਪਿੰਡ ਕੋਲ ਪਹੁੰਚੇ ਹਨ। ਗਿਲਜੇ ਵੀ ਲੜਨੋਂ ਭੁੱਲ ਗਏ, ਅਤੇ ਗਿਲਜਿਆਂ ਨੂੰ ਵੀ ਉਸ ਵੇਲੇ ਲੜਨਾ ਭੁੱਲ ਗਿਆ। ਕਿਉਂ? ਪਾਣੀ ਤੋਂ ਬਿਨਾਂ ਉਹ ਵੀ ਪਿਆਸ ਨਾਲ ਮਰ ਰਹੇ ਸਨ। ਪੀਵਨ ਪਾਣੀ ਢਾਸ ਪੈ, ਉਹ ਵੀ ਢਾਬ ਤੇ ਪਾਣੀ ਪੀਣ ਨੂੰ ਟੁੱਟ ਪਏ, ਤੇ ਸਿੱਖ ਵੀ ਪਾਣੀ ਤੇ ਉਸੇ ਢਾਬ ਤੇ ਪੀਣ ਨੂੰ ਟੁੱਟ ਪਏ। ਪਿਆਸੇ ਵਿੱਚ ਤੋਂ ਨੱਠ ਜਲ ਪੀਵੇ, ਪਿਆਸੇ ਦੌੜ ਦੌੜ ਕੇ ਪਾਣੀ ਵਿੱਚ ਪੀਂਦੇ ਨੇ, ਨੱਠ ਕੇ ਪਾਣੀ ਪੀਂਦੇ, ਪਹਿਲਾਂ ਮੈਂ ਪੀ ਲਵਾਂ, ਪਹਿਲਾਂ ਮੈਂ ਪੀ ਲਵਾਂ, ਏਦਾਂ ਦੀ ਹਾਲਤ ਬਣ ਗਈ ਉੱਥੇ। ਭਾਵੇਂ ਮਰ ਡੁੱਬੇ ਭਾਵੇਂ ਜੀਵੇ, ਭਾਵੇਂ ਡੁੱਬ ਕੇ ਮਰ ਜਾਣ, ਪਰ ਵਿੱਚ ਘੋੜੇ ਨੂੰ ਵਾੜ ਦਿੰਦੇ ਆ ਤੇ ਪਾਣੀ ਘੋੜੇ ਨੂੰ ਵੀ ਪਿਆਉਂਦੇ ਆ ਤੇ ਆਪ ਵੀ ਪੀਂਦੇ ਆ। ਦੋਹਰਾ ਮਲਵਈਆਂ ਖਾਲਸੇ ਕਹਿਓ ਆਗੇ ਪਾਣੀ ਦੂਰ। ਮਲਵਈਆਂ ਦੇ ਜਿਹੜੇ ਸਰਦਾਰ ਸੇਖੂ ਸਿੰਘ ਵਗੈਰਾ ਤਿੰਨ ਵਕੀਲ ਸਨ, ਇੱਕ ਮਹਾਰਾਜਾ ਪਟਿਆਲਾ ਦਾ ਵਕੀਲ ਸੀ, ਇੱਕ ਕੈਥਲ ਦੇ ਰਾਜੇ ਦਾ ਵਕੀਲ ਸੀ। ਇਹ ਜਿਹੜੇ ਮਲਵਈਆਂ ਦੇ ਵਕੀਲ ਸਨ, ਇਹਨਾਂ ਨੇ ਆਖਿਆ ਖਾਲਸੇ ਨੂੰ ਕਿ ਖਾਲਸਾ ਜੀ ਪਾਣੀ ਅੱਗੇ ਬਹੁਤ ਦੂਰ ਹੈ, ਇੱਥੇ ਜੇ ਪੀ ਸਕਦੇ ਹੋ ਤੇ ਪੀ ਲਵੋ। ਪਿਆਸੋ ਜੋ ਤੁਰੈ ਆਗੇ ਮਰੂ ਜ਼ਰੂਰ, ਜਿਹੜਾ ਇੱਥੇ ਪਾਣੀ ਨਾ ਪੀ ਸਕਿਆ, ਜਿਹਨੇ ਇੱਥੇ ਘੁੱਟ ਪਾਣੀ ਨਾ ਪੀਤਾ, ਅਗਲੇ 10-20 ਕਿਲੋਮੀਟਰ ਪਾਣੀ ਕੋਈ ਨਹੀਂ ਮਿਲਣਾ, ਤੇ ਜ਼ਰੂਰ ਪਿਆਸ ਨਾਲ ਹੀ ਰਸਤੇ 'ਚ ਮਰ ਜਾਏਗਾ। ਇਸ ਕਰਕੇ ਸਿੰਘੋ ਪਾਣੀ ਪੀ ਲਵੋ। ਚੋ ਪਈ ਤਬ ਖਾਲਸੇ ਖੜ ਕਰੀ ਸਲਾਹ, ਤਾਂ ਖਾਲਸੇ ਨੇ ਸਲਾਹ ਕੀਤੀ ਕਿ ਪਾਣੀ ਤੋਂ ਬਿਨਾਂ ਤਾਂ ਪਿਆਸ ਨਾਲ ਮਰਨਾ ਬੜਾ ਔਖਾ ਹੈ, ਘੋੜਿਆਂ ਨੂੰ ਵੀ ਪਾਣੀ ਪਿਆਉਣਾ, ਸਿੰਘਾਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ, ਬੁੱਢਿਆਂ ਨੂੰ, ਸਾਰੇ ਵਹੀਰ ਨੂੰ ਪਾਣੀ ਪਿਆਈਏ। ਲੇਹੋ ਸਭ ਕੋ ਜਲ ਪਿਲਵਾਏ, ਇਸ ਛੱਪੜ ਤੋਂ ਇਸ ਜੋੜ ਤੋਂ ਸਾਰੇ ਪਾਣੀ ਪੀ ਲੈਣ, ਫਿਰ ਅੱਗੇ ਤੁਰੀਏ। ਪਰਸਵਾਰਤ ਪਰੇ ਲਾਵੋ ਸਰੀਰ, ਸਿਆਣੇ ਸਿੰਘ ਕਹਿਣ ਲੱਗੇ ਆਪਾਂ ਆਪਣੀਆਂ ਜਾਨਾਂ ਵਾਰ ਦਈਏ, ਹੁਣ ਸ਼ਹੀਦ ਤਾਂ ਹੋਣਾ ਹੀ ਹੈ, ਆਪਾਂ ਪਹਿਲਾਂ ਅਬਦਾਲੀ ਨੂੰ ਰੋਕੀਏ ਪੂਰੀ ਤਰ੍ਹਾਂ ਨਾਲ, ਤਾਂ ਕਿ ਆਪਣਾ ਵਹੀਰ ਪਾਣੀ ਪੀ ਲਵੇ। ਆਪ ਮਰੋ ਔਰ ਬਚਾਓ ਵਹੀਰ, ਆਪ ਮਰ ਜਾਈਏ, ਆਪਾਂ ਸ਼ਹੀਦ ਹੋ ਜਾਈਏ, ਤੇ ਆਪਣਾ ਪਰਿਵਾਰ, ਜਿਹੜੇ ਬੱਚੇ ਬੀਬੀਆਂ ਹਨ, ਇਹਨਾਂ ਨੂੰ ਪਾਣੀ ਪਿਆ ਕੇ ਅੱਗੇ ਦੌੜਾ ਦਈਏ। ਯੋ ਕਰ ਖੜਿਓ ਖਾਲਸੋ ਸਲਾਹੇ, ਕੁਤਬੇ ਬਾਂਭਣੀ ਦੇ ਛੱਪੜ ਦੇ ਕਿਨਾਰੇ ਤੇ ਸਿੰਘ ਸਲਾਹ ਕਰਕੇ ਤੇਗਾਂ ਧੂ ਕੇ ਖਲੋ ਗਏ। ਅੱਗੇ ਨਾ ਮਿਲਿਓ ਗਿਲਜਾਂ ਧਰਨ ਪਾਏ, ਅਬਦਾਲੀ ਦੀ ਫੌਜ ਨੂੰ ਏਦਾਂ ਰੋਕ ਲਿਆ ਜਿਵੇਂ ਕੋਈ ਪਹਾੜ ਦਰਿਆ ਨੂੰ ਰੋਕ ਲੈਂਦਾ ਹੈ। ਥੰਮ ਲਿਆ ਖਾਲਸੇ ਨੇ, ਇੱਕ ਕਦਮ ਵੀ ਅਬਦਾਲੀ ਦੀ ਫੌਜ ਨੂੰ ਅੱਗੇ ਨਹੀਂ ਵਧਣ ਦਿੱਤਾ। ਉਹਨਾਂ ਦਾ ਡਟ ਕੇ ਸਿੰਘ ਮੁਕਾਬਲਾ ਕਰਨ ਲੱਗੇ, ਤੇ ਵਹੀਰ ਵਾਲਿਆਂ ਨੂੰ ਕਹਿਣ ਲੱਗੇ ਵੀ ਫਟਾਫਟ ਪਾਣੀ ਪੀਓ ਤੇ ਅੱਗੇ ਨੂੰ ਦੌੜ ਜਾਓ। ਦੋ ਤਰਫ ਤਲ ਹੋਏ ਰਹਿ ਖੜੇ, ਦੋਵੇਂ ਪਾਸੇ ਫੌਜਾਂ ਆਹਮਣੇ ਸਾਹਮਣੇ ਖੜੀਆਂ ਸਨ। ਪੀ ਪੀ ਜਲ ਤਲ ਆਪਣੇ ਰਲੇ, ਔਰ ਜਿਹੜੇ ਪਾਣੀ ਪੀਣ ਗਿਲਜੇ ਆ ਗਏ ਸਨ, ਉਹ ਪਾਣੀ ਪੀ ਕੇ ਭੱਜ ਕੇ ਜਾ ਕੇ ਗਿਲਜਿਆਂ ਚ ਰਲ ਗਏ। ਦੋਹਰਾ ਤਵੇ ਖਾਲਸੇ ਮੁੜ ਲੜਿਓ ਬਹੀਰ ਗਰੀਬਨ ਕਾਜ, ਸੋ ਖਾਲਸਾ ਤਾਂ ਭਾਵੇਂ ਪਾਣੀ ਘੋੜਿਆਂ ਨੂੰ ਪਹਿਲਾਂ ਪਿਆ ਬੈਠਾ ਸੀ, ਸਿੰਘ ਵੀ ਪਾਣੀ ਪੀ ਬੈਠੇ ਸਨ, ਪਰ ਆਪਣੇ ਬੱਚਿਆਂ ਬੀਬੀਆਂ ਬੁੱਢਿਆਂ ਨੂੰ ਪਾਣੀ ਪਿਆਉਣ ਦੀ ਖਾਤਰ
ਸਿੰਘ ਫੇਰ ਅਬਦਾਲੀ ਦੀ ਫੌਜ ਨਾਲ ਲੜਨ ਲੱਗੇ। ਸਿੰਘਾਂ ਨੇ ਮੁੜ ਸ਼ਸਤਰ ਕਰੇ ਐਸੋ ਪਹਿਲੇ ਬਾਜ, ਉਹ ਖਾਲਸੇ ਨੇ ਫਿਰ ਖੰਡਾ ਖੜਕਾਉਣਾ ਸ਼ੁਰੂ ਕਰ ਦਿੱਤਾ, ਫਿਰ ਸ਼ਸਤਰ ਚੱਲਣ ਲੱਗ ਪਏ। ਚੌ ਪਈ ਜਲ ਪਰ ਉਨ ਵੀ ਅਰ ਰੋਕਿਓ, ਤੇ ਅਬਦਾਲੀ ਦੀ ਫੌਜ ਦਾ ਵੀ ਜ਼ੋਰ ਪਾਣੀ ਤੇ ਸੀਗਾ ਕਿ ਫਟਾਫਟ ਅਸੀਂ ਵੀ ਪਾਣੀ ਪੀਵੀਏ ਤਾਂ ਕਿ ਸਿੱਖ ਕਿਤੇ ਦੌੜ ਨਾ ਜਾਣ, ਅਸੀਂ ਪਾਣੀ ਪੀ ਕੇ ਸਿੱਖਾਂ ਨੂੰ ਮਾਰ ਲਈਏ। ਪਾਣੀ ਦਾ ਸਰੋਵਰ ਤਲਾਬ ਇੱਕੋ ਹੀ ਸੀਗਾ, ਹੋਰ ਕੋਈ ਹੈ ਨਹੀਂ ਸੀ। ਉਹਦੇ 'ਤੇ ਸਿੱਖਾਂ ਨੇ ਕਬਜ਼ਾ ਕੀਤਾ ਅਤੇ ਅਬਦਾਲੀ ਦੀ ਫੌਜ ਉਸ ਕਬਜ਼ੇ ਨੂੰ ਛਡਾਉਣ ਲਈ ਟੁੱਟ ਕੇ ਪੈਣ ਲੱਗੀ। ਇੱਕ ਥਾਂ 'ਤੇ ਪਾਣੀ ਪੀਣਾ ਸੀ, ਉੱਥੇ ਸਿੱਖਾਂ ਨੇ ਪੀਣਾ ਸੀ, ਉੱਥੇ ਤੁਰਕਾਂ ਨੇ ਪੀਣਾ ਸੀ। ਬੀਬੀ ਜਲ ਮੁੜ ਆਪਣੇ ਜਾਏ, ਔਰ ਪਾਣੀ ਪੀ ਪੀ ਕੇ ਆਪਣੇ ਆਪਣੇ ਦਲਾਂ 'ਚ ਰਲਣ ਲੱਗੇ। ਰਹੀ ਨਾ ਹੋਸ਼ ਲੜਨ ਕੀ ਗਾਹੇ, ਕਿਸੇ 'ਚ ਲੜਨ ਦੀ ਹੋਸ਼ ਹੀ ਕੋਈ ਨਹੀਂ ਸੀ ਰਹਿੰਦੀ, ਜਾਨ ਹੀ ਨਹੀਂ ਸੀ। ਬਾਹਾਂ ਹੰਬੀਆਂ ਪਈਆਂ ਸੀ ਤੇਗਾ ਮਾਰ ਮਾਰ ਕੇ, ਘੋੜੇ ਥੱਕੇ ਪਏ ਸਨ, ਸਰੀਰਾਂ 'ਚ ਰੱਤ ਨਹੀਂ ਸੀ ਰਹੀ, ਇੰਨੇ ਸ਼ਸਤਰ ਲੱਗੇ ਸਨ। ਸਿੱਖਾਂ ਦਾ ਤਾਂ ਬਹੁਤ ਬੁਰਾ ਹਾਲ ਸੀ, ਕੋਈ ਵੀ ਸਿੱਖ ਐਸਾ ਨਹੀਂ ਸੀ ਜਿਹਨੂੰ ਦੋ ਚਾਰ ਜ਼ਖਮ ਨਾ ਲੱਗੇ ਹੋਣ। ਸਿੰਘਾਂ ਨੇ ਕਰੀ ਆਪਣੇ ਸੰਭਾਲ, ਸਿੰਘਾਂ ਨੇ ਆਪਣੇ ਵਹੀਰ ਨੂੰ ਤਗੜੇ ਹੋ ਕੇ ਪਾਣੀ ਪਿਆਇਆ ਤੇ ਆਪਣੀ ਸੰਭਾਲ ਕੀਤੀ। ਫਟੇ ਥਕੇ ਕਰਲੀ ਨੇ ਨਾਲ, ਟੁੱਟੇ ਫੱਟੇ ਜ਼ਖਮੀ ਸਿੰਘਾਂ ਨੂੰ ਨਾਲ ਲਿਆ। ਡੇਰਾ ਨਟਕੋ ਦਸ ਔਰ ਗਯੋ, ਡੇਰਾ ਨਟ ਕੋ ਦਸ ਔਰ ਗਯੋ, ਦਸ ਕੋ ਸਿੰਘਾਂ ਨੇ ਉੱਥੋਂ ਸੂਟ ਵੱਟੀ, ਦਸ ਕੋ ਹੋਰ ਅੱਗੇ ਜਾ ਕੇ ਡੇਰਾ ਕਰਨ ਦੀ ਸਲਾਹ ਕੀਤੀ। ਖਿੰਡਿਓ ਪੁੱਟਿਓ ਆਏ ਉਹਾਂ ਰਲਿਓ, ਜਿਹੜੇ ਕੋਈ ਖਿੰਡੇ ਪੁੰਡੇ ਸਨ, ਕੋਈ ਪਿੱਛੇ ਰਹਿ ਗਏ ਸਨ, ਕੋਈ ਜ਼ਖਮੀ ਸਨ, ਕੋਈ ਡਿੱਗੇ ਸਨ, ਉਹ ਵੀ ਡਿੱਗਦੇ ਢਹਿੰਦੇ ਉੱਥੇ ਆ ਗਏ। 20,000 ਉਹਾਂ ਪਹੁੰਚੇ, ਲੋਕ ਕਹਿੰਦੇ ਨੇ ਕਿ ਕੁੱਲ ਗਿਣਤੀ ਉਸ ਲੜਾਈ 'ਚ ਸਿੱਖਾਂ ਦੀ 1,00,000 ਸੀਗੀ। ਜਿਸ ਦਿਨ ਲੜਾਈ ਸ਼ੁਰੂ ਹੋਈ ਉਸ ਤੋਂ ਪਹਿਲਾਂ ਸਿੱਖਾਂ ਦਾ ਪੰਥ 1,00,000 ਦੀ ਗਿਣਤੀ ਵਿੱਚ ਸੀ। ਪਚਾਸ ਬਚਿਓ ਰੋ ਸਭ ਗਯੋ ਮਾਰਾ, ਲੋਕ ਕਹਿੰਦੇ ਨੇ ਕਿ 50,000 ਸਿੱਖ ਬਚਿਆ ਸੀ, 50,000 ਮਾਰਿਆ ਗਿਆ ਸੀ। ਪਿਤਾ ਹਮਾਰੇ 30 ਬਤਾਏ, ਮੇਰੇ ਪਿਤਾ ਸਰਦਾਰ ਰਾਏ ਸਿੰਘ ਜੀ ਉਸ ਲੜਾਈ ਵਿੱਚ ਸ਼ਾਮਿਲ ਸਨ। ਉਸ ਲੜਾਈ ਵਿੱਚ ਸਾਧ ਸੰਗਤ ਜੀ ਬੜੇ ਬੜੇ ਨਾਮੀ ਸਿੰਘ ਸ਼ਹੀਦ ਹੋਏ। ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਜੋ ਦਮਦਮੇ ਸਾਹਿਬ ਵਿਖੇ ਵਿੱਦਿਆ ਪੜ੍ਹਾਉਂਦੇ ਸਨ, ਬਾਬਾ ਈਸ਼ਰ ਸਿੰਘ, ਤਪਾ ਸਿੰਘ, ਨੈਣਾ ਸਿੰਘ, ਤਿੰਨ ਗੁਰੂ ਭਾਈਆਂ ਨੇ ਉਹਨਾਂ ਤੋਂ ਵਿੱਦਿਆ ਪੜ੍ਹੀ, ਤਿੰਨੇ ਹੀ ਉਸ ਲੜਾਈ ਵਿੱਚ ਸ਼ਾਮਿਲ ਸਨ। ਈਸ਼ਰ ਸਿੰਘ ਜ਼ਖਮੀ ਹੋ ਕੇ ਜਦੋਂ ਸ਼ਹੀਦੀ ਪਾਉਣ ਲੱਗੇ ਤਾਂ ਫੂਲਾ ਸਿੰਘ 1 ਸਾਲ ਦਾ ਸੀਗਾ, ਅਤੇ ਬਾਬਾ ਫੂਲਾ ਸਿੰਘ ਜੀ ਨੂੰ ਬਾਬਾ ਤਪਾ ਸਿੰਘ ਅਤੇ ਨੈਣਾ ਸਿੰਘ ਜੀ ਦੇ ਹਵਾਲੇ ਕਰਕੇ ਈਸ਼ਰ ਸਿੰਘ ਨੇ ਕਿਹਾ ਸੀ, ਇਹ ਭਚੰਗੀ ਤੁਹਾਡਾ ਪੰਥ ਦੀ ਅਮਾਨ ਤੁਸੀਂ ਸਾਂਭਣਾ ਹੈ। ਤਾਂ ਬਾਬਾ ਤਬਾ ਸਿੰਘ ਜੀ ਅਤੇ ਬਾਬਾ ਨੈਣਾ ਸਿੰਘ ਜੀ ਨੇ ਉਹਨੂੰ ਪਾਲਿਆ ਸੀਗਾ। ਇਸੇ ਤਰ੍ਹਾਂ ਸਰਦਾਰ ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਰਤਨ ਸਿੰਘ ਦਾ ਪਿਤਾ ਉਸ ਜੰਗ ਵਿੱਚ ਸ਼ਾਮਿਲ ਸੀ। ਰਾਏ ਸਿੰਘ ਦਾ ਨਾਨਾ ਸ਼ਾਮ ਸਿੰਘ ਖੁਦ ਫੌਜ ਦੀ ਅਗਵਾਈ ਕਰ ਰਿਹਾ ਸੀ। ਉਹ ਸਾਰੇ ਸਿੰਘਾਂ ਤੋਂ ਇਹ ਜਿਹੜੀ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਸੁਣੀ ਹੈ ਗੱਲ, ਜੋ ਸਾਡੇ ਬਜ਼ੁਰਗਾਂ ਨੇ ਆਪ ਆਪਣੇ ਹੱਡਾਂ 'ਤੇ ਇਹ ਸੰਤਾਪ ਝੱਲਿਆ ਹੈ। ਮੇਰੇ ਪਿਤਾ ਰਾਏ ਸਿੰਘ ਕਹਿੰਦੇ ਸਨ ਕਿ 30,000 ਪਿਤਾ ਹਮਾਰੇ 30 ਬਤਾਏ, ਅੰਦਾਜ਼ਾ ਸੀ ਕਿ 30,000 ਸ਼ਹੀਦੀਆਂ ਹੋਈਆਂ ਸਨ। ਰਹਿ ਸੋ ਮਰ ਔਰ ਬਚ ਕਰ ਆਏ, 30,000 ਮਾਰੇ ਗਏ ਸਨ, ਬਾਕੀ ਬਚੇ ਸਨ ਥੋੜੇ ਬਾਲੇ। ਹਾਂਜੀ, ਪਿਤਾ ਚਾਚੇ ਦੋਏ ਹਮ ਉੱਥੇ ਸਾਥ, ਮੇਰੇ ਪਿਤਾ ਜੀ ਤੇ ਮੇਰੇ ਦੋ ਚਾਚੇ ਉਸ ਲੜਾਈ ਵਿੱਚ ਨਾਲ ਸਨ। ਹੁੰਦੇ ਸੁਣ ਹਮ ਆਖੀ ਬਾਤ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੇ ਚਾਚਿਆਂ ਕੋਲੋਂ ਵੀ ਸੁਣਿਆ ਹੈ, ਆਪਣੇ ਪਿਤਾ ਰਾਏ ਸਿੰਘ ਤੋਂ ਵੀ ਇਹ ਗੱਲਾਂ ਸੁਣੀਆਂ ਨੇ, ਔਰ ਜਿਹੜੇ ਪੁਰਾਣੇ ਬਜ਼ੁਰਗ ਵੱਖੋ ਵੱਖ ਥਾਵਾਂ 'ਤੇ ਉੱਥੇ ਲੜ ਰਹੇ ਸਨ, ਉਹਨਾਂ ਨੇ ਜੋ ਜੋ ਅੱਖਾਂ ਨਾਲ ਦੇਖਿਆ ਹੈ ਉਹ ਸਾਰੀਆਂ ਗੱਲਾਂ ਮੈਨੂੰ ਦੱਸੀਆਂ, ਤੇ ਮੈਂ ਤੁਹਾਨੂੰ ਖਾਲਸੇ ਪੰਥ ਨੂੰ ਸੁਣਾ ਰਿਹਾ ਹਾਂ। ਘੋੜੇ ਊਠ ਕੀ ਗਿਣਤੀ ਨਾਹੀਂ, ਘੋੜੇ ਕਿੰਨੇ ਕੁ ਮਰੇ ਸਨ ਸਿੰਘਾਂ ਦੇ, ਊਠ ਕਿੰਨੇ ਕੁ ਮਰੇ ਸਨ, ਅਬਦਾਲੀ ਦੇ ਕਿੰਨੇ ਘੋੜੇ ਤੇ ਊਠ ਮਰੇ ਸਨ, ਉਹਦੀ ਕੋਈ ਗਿਣਤੀ ਨਹੀਂ ਹੈ। ਸਿੱਖਾਂ ਦੀ ਗਿਣਤੀ ਦਾ ਅੰਦਾਜ਼ਾ 30,000 ਹੈ। ਇਸ ਘੱਲੂਕਾਰ ਜਿਹਨੂੰ ਕੱਲ ਵੱਡਾ ਘੱਲੂਕਾਰ ਆ ਕਹਿੰਦੇ ਨੇ, ਖਾਲਸੇ ਪੰਥ ਦੇ ਦੋ ਘੱਲੂਕਾਰ, ਇੱਕ ਛੋਟਾ ਇੱਕ ਵੱਡਾ। ਛੋਟਾ 1746 ਵਿੱਚ ਹੋਇਆ ਲੱਖੂ ਲਖਪਤ ਰਾਏ ਦੇ ਨਾਲ, ਅਤੇ ਵੱਡਾ ਘੱਲੂਕਾਰ 1762 5 ਫਰਵਰੀ ਨੂੰ ਹੋਇਆ।
ਉਹ ਘੱਟ ਕਹੋ ਆਖੇ ਜ਼ਿਆਦਾ, ਕੋਈ ਘੱਟ ਵੀ ਦੱਸਦੇ ਨੇ ਕੋਈ ਜ਼ਿਆਦਾ ਦੱਸਦੇ ਨੇ ਗਿਣਤੀ ਮਰਿਆਂ ਦੀ, ਕਿਉਂਕਿ ਪੱਕੀ ਗਿਣਤੀ ਤਾਂ ਉਦੋਂ ਕਿਸੇ ਨੇ ਕੀਤੀ ਨਹੀਂ ਕਿੰਨੇ ਕੁ ਮਰੇ ਕਿੰਨੇ ਕੁ ਬਚੇ, ਪਰ ਮੇਰੇ ਪਿਤਾ ਜੀ ਦੀ ਗਿਣਤੀ ਜੋ ਉਹਨਾਂ ਨੇ ਅੱਖਾਂ ਨਾਲ ਦੇਖਿਆ ਸੀ ਉਹ ਅੰਦਾਜ਼ਾ ਦੱਸਦੇ ਨੇ 30,000 ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਸਨ। ਇਤਨਕ ਹਮ ਪਿਤ ਕਹੀ ਮਿਰਜ਼ਾਦਾ, ਸਾਡੇ ਪਿਤਾ ਰਾਏ ਸਿੰਘ ਜੀ ਨੇ ਅੰਦਾਜ਼ਾ ਦੱਸਿਆ ਹੈ ਇਤਨਕ, ਵੀ ਹੋ ਸਕਦਾ 1,000-2,000 ਘੱਟ ਹੋਣ, 1,000-2,000 ਜ਼ਿਆਦਾ ਹੋਣ, ਪਰ 30 ਦੇ ਨੇੜੇ ਪੱਕੀ ਗਿਣਤੀ ਅੰਦਾਜ਼ੇ ਦੀ ਹੈ ਕਿ 30,000 ਸਿੱਖ ਮਾਰਿਆ ਗਿਆ ਸੀ। ਦੋਹਰਾ ਇੱਕ ਨਿਹੰਗ ਬੁੱਕ ਤੈ ਕਹਿਓ ਉੱਚੋ ਬਚਨ ਸੁਣਾਏ। ਜਿਸ ਵੇਲੇ ਸ਼ਾਮ ਦਾ ਟਾਈਮ ਹੋਇਆ ਲਾਸ਼ਾਂ ਦੇ ਢੇਰ ਲੱਗੇ ਪਏ ਸੀ, 30 ਕੋਹ ਦੇ ਵਿੱਚ ਲਾਸ਼ਾਂ ਖਿਲਰੀਆਂ ਹੋਈਆਂ ਸਨ, 30 ਕੋਹ ਦੇ ਵਿੱਚ ਹਾਥੀ ਘੋੜੇ ਊਂਠ ਮਰੇ ਪਏ ਸਨ, ਬੰਦੇ ਮਰੇ ਪਏ ਸਨ, ਅਬਦਾਲੀ ਦੀ ਫੌਜ ਮਰੀ ਪਈ ਸੀ। ਉਹ ਲਾਸ਼ਾਂ ਦੀਆਂ ਢੇਰੀਆਂ ਦੇ ਵਿੱਚ ਇੱਕ ਨਿਹੰਗ ਸਿੰਘ ਜਕਾਰੇ ਗਜਾ ਰਿਹਾ ਸੀਗਾ, ਉੱਚੀ ਉੱਚੀ ਜਕਾਰੇ ਗਜਾ ਕੇ ਅਤੇ ਪੱਲੂ ਫੇਰ ਕੇ। ਜਦੋਂ ਉਹ ਜਕਾਰੇ ਗਜਾ ਰਿਹਾ ਸੀ, ਕਿਸੇ ਨੇ ਪੁੱਛਿਆ, ਬਾਬਾ ਜੀ ਇਹ ਕਿਹੜੀ ਖੁਸ਼ੀ ਦੇ ਜਕਾਰੇ ਗਜਾ ਰਹੇ ਹੋ? ਤਾਂ ਉਸ ਨਿਹੰਗ ਸਿੰਘ ਨੇ ਇੱਦਾਂ ਆਖਿਆ ਸੀ, ਤਤ ਖਾਲਸੇ ਸੋ ਰਹੋ ਗਏ ਸੋ ਖੋਟ ਗਵਾਏ। ਉਹ ਇੰਨੀਆਂ ਲਾਸ਼ਾਂ ਨੂੰ ਵੇਖ ਕੇ ਕਹਿ ਰਿਹਾ ਸੀ, ਤਤ ਖਾਲਸਾ ਰਹਿ ਗਿਆ, ਖੋਟ ਨਿਕਲ ਗਈ ਹੈ। ਯਾਨੀ ਉਹ ਜਿਹੜੀ ਕਸਵੱਟੀ ਸੀ, ਜਿਵੇਂ ਸੋਨੇ ਨੂੰ ਕੁਠਾਲੀ 'ਚ ਪਾਈਏ ਨਾ, ਅਤੇ ਕੁਠਾਲੀ ਦੇ ਵਿੱਚ ਪਾ ਕੇ ਸੋਨੇ ਨੂੰ ਉਬਾਲਦੇ ਆ, ਕਸਵੱਟੀ ਲਾਉਂਦੇ ਆ, ਉਹ ਜਿਹੜੀ ਖੋਟ ਹੁੰਦੀ ਹੈ ਉਹ ਸੜ ਸੜ ਕੇ ਨਿਕਲ ਜਾਂਦੀ ਹੈ, ਅਤੇ ਸੋਨਾ ਜਿਹੜਾ ਸ਼ੁੱਧ ਰਹਿ ਜਾਂਦਾ। ਉਹ ਇਹ ਕਹਿ ਰਿਹਾ ਸੀ ਕਿ ਤਤ ਖਾਲਸਾ ਰਹਿ ਗਿਆ, ਖੋਟ ਨਿਕਲ ਗਈ ਹੈ, ਹੁਣ ਅਸੀਂ ਅਬਦਾਲੀ ਨੂੰ ਦੇਖਾਂਗੇ ਕਿੱਥੇ ਭੱਜ ਕੇ ਜਾਏਗਾ। ਸਰਦਾਰ ਸਭੈ ਜ਼ਖਮੀ ਪੈ ਸਾਬਤ ਰਹਿਓ ਨਾ ਕੋਏ। ਉਸ ਲੜਾਈ ਵਿੱਚ ਇੱਕ ਵੀ ਸਿੰਘ ਜਥੇਦਾਰ ਸਰਦਾਰ ਜੱਸਾ ਸਿੰਘ, ਚੜ੍ਹਤ ਸਿੰਘ, ਜੈ ਸਿੰਘ, ਸੁਧਾ ਸਿੰਘ ਔਰ ਜਿਹੜੇ ਜਿੰਨੇ ਵੀ ਵੱਡੇ ਵੱਡੇ ਤਾਰਾ ਸਿੰਘ ਖੇਬਾ, ਉਹ ਸਾਰੇ ਨਕਈਆਂ ਦੇ, ਕਨਈਆਂ ਦੇ, ਡੱਲੇ ਵਾਲੀਆਂ ਦੇ, ਆਲੂ ਵਾਲੀਆਂ ਦੇ, ਜਿੰਨੇ ਵੀ ਮੁਖੀ ਸਿੰਘ ਸਨ, ਕੋਈ ਸਾਬਤ ਨਹੀਂ ਬਚਿਆ ਜਿਹਨੂੰ 2-4 ਫੱਟ ਨਾ ਲੱਗੇ ਹੋਣ। ਹਾਂਜੀ, ਲਈ ਸ਼ਹੀਦੀ ਥੀ ਗਣਨਾ ਗਿਣਤੀ ਸਭ ਨਾ ਹੋਏ। ਬੜੇ ਬੜੇ ਨਾਮੀ ਸਿੰਘ ਉਸ ਜੰਗ ਵਿੱਚ ਸ਼ਹੀਦੀਆਂ ਪਾ ਗਏ ਸਨ, ਉਹਨਾਂ ਸਾਰਿਆਂ ਦੀਆਂ ਗਿਣਤੀਆਂ ਕਵੀ ਜੀ ਕਹਿੰਦੇ ਨਹੀਂ ਮਿਲ ਸਕੀਆਂ, ਦੱਸ ਨਹੀਂ ਸਕਦੇ ਕਿਹੜੇ ਕਿਹੜੇ ਸਿੰਘ ਉੱਥੇ ਸ਼ਹੀਦ ਹੋਏ ਸਨ। 30,000 ਸ਼ਹੀਦੀਆਂ ਹੋਈਆਂ ਸਨ, ਜਿਨ੍ਹਾਂ 'ਚ 10,000 ਗੱਭਰੂ ਲੜਾਕਾ ਸਿੰਘ ਸ਼ਹੀਦ ਹੋਇਆ ਸੀ ਅਤੇ 20,000 ਬੀਬੀਆਂ, ਬੱਚੇ ਅਤੇ ਬੁੱਢੇ ਸ਼ਹੀਦ ਹੋਏ ਸਨ। ਹਾਂਜੀ, ਚੌਪਈ ਚੜ੍ਹ ਸਿੰਘ ਜ਼ਖਮ ਗਿਣੇ ਨਾ ਜਾਏ। ਚੜ੍ਹਤ ਸਿੰਘ ਨੂੰ ਇੰਨੇ ਜ਼ਖਮ ਲੱਗੇ ਸਨ ਉਹਦੇ ਸਰੀਰ 'ਤੇ ਵੀ ਜਦੋਂ ਉਹਦੇ ਜ਼ਖਮ ਗਿਣਨ ਲੱਗੇ ਤਾਂ ਗਿਣਤੀ ਨਹੀਂ ਸੀ ਪੂਰੀ ਹੁੰਦੀ ਵੀ ਕਿੰਨੇ ਕੁ ਜ਼ਖਮ ਲੱਗੇ ਸਨ। ਤੀਰ ਤਲਵਾਰਾਂ ਜੋ ਨੇਜੇ ਖਾਏ, ਤੀਰਾਂ ਦੇ ਜ਼ਖਮ ਸਨ, ਤਲਵਾਰਾਂ ਦੇ ਜ਼ਖਮ ਸਨ, ਗੋਲੀਆਂ ਦੇ ਸ਼ਰਰੇ ਸਨ, ਗਿਣੇ ਨਹੀਂ ਸੀ ਜਾਂਦੇ ਕਿੰਨੇ ਨੇਜਿਆਂ ਦੇ, ਪਰਚਿਆਂ ਦੇ, ਤਲਵਾਰਾਂ ਦੇ ਉਹਨੂੰ ਫੱਟ ਲੱਗੇ ਸਨ ਚੜ੍ਹਤ ਸਿੰਘ ਸੁਪਰ ਚੱਕੀਏ ਨੂੰ। ਭੀਮ ਸੈਨ ਜਿਵੇਂ ਜਿੱਤ ਵੱਲ ਜੁੜੇ, ਕਹਿੰਦੇ ਭੀਮ ਸੈਨ ਜਿਵੇਂ ਮਹਾਭਾਰਤ ਦੇ ਯੁੱਧ ਵੱਲ ਜਿੱਧਰ ਵੀ ਜਾਂਦਾ ਸੀ, ਬਿਨ ਲਾਏ ਸਤਰ ਖਾਲੀ ਨਾ ਮੁੜੇ। ਉਹ ਵੈਰੀ ਨੂੰ ਮਾਰਿਆ, ਮਾਰੇ ਬਿਨਾਂ ਵਾਪਸ ਨਹੀਂ ਸੀ ਮੁੜਿਆ ਕਰਦਾ ਮਹਾਭਾਰਤ ਦੇ ਯੁੱਧ ਵਿੱਚ। ਏਦਾਂ ਹੀ ਬਾਬਾ ਚੜ੍ਹਤ ਸਿੰਘ ਜੀ ਅਬਦਾਲੀ ਨਾਲ ਲੜਦੇ ਹੋਏ ਜਿੱਧਰ ਜਾਂਦਾ ਸੀ 10-20 ਨੂੰ ਮਾਰ ਕੇ ਹੀ ਆਉਂਦਾ ਸੀ। ਦੋਹਰਾ ਤੇ ਦਿਨ ਤੇ ਚੜ੍ਹ ਸਿੰਘ ਕੀ ਪਈ ਸਿੰਘੋ ਮਸ਼ਹੂਰ। ਸਕਿਆ ਜੀ ਉਸ ਦਿਨ ਤੋਂ ਖਾਲਸੇ ਪੰਥ ਵਿੱਚ ਚੜ੍ਹ ਸਿੰਘ ਦੀ ਹੋਰ ਚੜ੍ਹਤ ਹੋ ਗਈ। ਜੱਸਾ ਸਿੰਘ ਨੂੰ 22 ਫੱਟ ਲੱਗੇ ਦਿਖੇ ਜਾਂਦੇ ਆ ਅਤੇ ਚੜ੍ਹ ਸਿੰਘ ਨੂੰ 19 ਫੱਟ ਗਿਣੇ ਜਾਂਦੇ ਆ। ਵੱਧ ਘੱਟ ਦਾ ਅੰਦਾਜ਼ਾ ਨਹੀਂ, ਪਰ ਇਹ ਮੁੱਖ ਤੌਰ 'ਤੇ ਇੰਨੀ ਗਿਣਤੀ ਉਹਦੇ ਜ਼ਖਮਾਂ ਦੀ ਦੱਸੀ। ਚੜ੍ਹਤ ਸਿੰਘ ਦੀ ਇੰਨੀ ਜ਼ਿਆਦਾ ਮਸ਼ਹੂਰੀ ਹੋ ਗਈ ਪੰਥ ਵਿੱਚ। ਬਚਾਏ ਬਹੁਤ ਬਹੀਰੀਏ ਚੱਕ ਚੋਖੋਂ ਸਰੀਰ ਜ਼ਰੂਰ। ਉਹਨੇ ਆਪਣੇ ਸਰੀਰ 'ਤੇ ਬੜੇ ਜ਼ਖਮ ਉਠਾ ਕੇ, ਬੜੇ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਬੜੀਆਂ ਰਿਸਕ ਲਈਆਂ ਕਿ ਬੜੇ ਔਖੇ ਹੋ ਕੇ ਵਹੀਰ ਨੂੰ ਬਚਾਉਣ ਦੀ ਕੋਸ਼ਿਸ਼। ਚੜ੍ਹਤ ਸਿੰਘ ਦੀ ਸਾਰੀ ਕੋਸ਼ਿਸ਼ ਰਹੀ ਕਿ ਜੇ ਵੱਧ ਤੋਂ ਵੱਧ ਬੱਚਿਆਂ ਦਾ, ਬੀਬੀਆਂ ਦਾ, ਬੁੱਢਿਆਂ ਦਾ ਬਚਾਅ ਕੀਤਾ ਜਾਵੇ, ਨੁਕਸਾਨ ਨਾ ਹੋਣ ਦਿੱਤਾ ਜਾਵੇ। ਭਾਵੇਂ ਉਹਦੇ ਵੱਸ ਤੋਂ ਬਾਹਰ ਦੀ ਗੱਲ ਸੀ, ਫਿਰ ਵੀ ਉਹਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ ਬਹੁਤ ਸਾਰਾ ਵਹੀਰ ਚੜ੍ਹਤ ਸਿੰਘ ਬਚਾ ਕੇ ਲਿਆਇਆ। ਚੌਪਈ
ਸਭ ਬਹੀਰੀਏ ਤਨ ਤਨ ਆਖੈ। ਜਿਹਨਾਂ ਨੂੰ ਉਹ ਬਚਾ ਕੇ ਲਿਆਇਆ ਉਹ ਬਹੀਰ ਵਾਲੇ ਕਹਿ ਰਹੇ ਸਨ ਧੰਨ ਹੈ ਚੜਕ ਸਿੰਘ, ਧੰਨ ਹੈ, ਧਾਨੇ ਦੀ ਮਾਂ ਹੈ, ਧਾਨੇ ਦਾ ਪਿਤਾ ਹੈ ਜਿਨ੍ਹਾਂ ਨੇ ਇਸ ਬਹਾਦਰ ਨੂੰ ਜਨਮ ਦਿੱਤਾ ਹੈ। ਹਮ ਜਿਵਾਏ ਚੜ ਸਿੰਘ ਪਾਖ ਹੈ। ਲੋਕ ਗੱਲਾਂ ਕਰਦੇ ਕਹਿੰਦੇ ਸਾਨੂੰ ਤਾਂ ਚੜ੍ਹਤ ਸਿੰਘ ਨੇ ਬਚਾਇਆ ਸੀ। ਜਦੋਂ ਉਹ ਲੋਕ ਉਹ ਜਿਹੜੇ ਬੱਚੇ ਉਸ ਲੜਾਈ 'ਚ ਬਚੇ ਉਹ ਵੀ ਬੁੱਢੇ ਹੋ ਕੇ ਕਹਿੰਦੇ ਸਨ ਕਿ ਸਾਨੂੰ ਤਾਂ ਚੜ੍ਹਤ ਸਿੰਘ ਨੇ ਬਚਾਇਆ ਸੀ। ਹਾਂਜੀ, ਜੋ ਜੀਵੈ ਚੜ੍ਹ ਸਿੰਘ ਜੀਵਾਏ, ਜਿਹੜੇ ਬਚੇ ਉਹ ਹੀ ਕਹਿੰਦੇ ਰਹੇ ਸਾਨੂੰ ਤੇ ਚੜ੍ਹਤ ਸਿੰਘ ਬਚਾ ਕੇ ਲਿਆਇਆ ਸੀ ਲੜਾਈ ਵਿੱਚ। ਯੋ ਬਹੀਰ ਸਭ ਆਖਦ ਜਾਏ। ਇਸ ਤਰ੍ਹਾਂ ਖਾਲਸੇ ਦੀ ਬਹੀਰ ਦੇ ਵਿੱਚ ਚਰਚਾ ਚੱਲੀ ਆਈ ਕਿ ਚੜ੍ਹਤ ਸਿੰਘ ਨਾ ਹੁੰਦਾ ਤੇ ਅਸੀਂ ਮਾਰੇ ਜਾਂਦੇ। ਰਲ ਬਹੀਰਿਓ ਦਇਆ ਸੀਸ, ਸਾਧ ਸੰਗਤ ਜੀ ਬਹੀਰੀਆਂ ਨੇ ਅਸੀਸਾਂ ਦਿੱਤੀਆਂ। ਰਲ ਬਹੀਰੀਏ ਜੋ ਦੇ ਅਸੀਸ, ਜਿਨ੍ਹਾਂ ਦੀ ਜਾਨਾਂ ਬਚਾਈਆਂ, ਜਿਨ੍ਹਾਂ ਮਾਵਾਂ ਦੇ ਬੱਚੇ ਬਚਾਏ, ਜਿਨ੍ਹਾਂ ਭੈਣਾਂ ਦੇ ਵੀਰ ਬਚਾਏ, ਉਹਨਾਂ ਭੈਣਾਂ ਨੇ, ਉਹਨਾਂ ਮਾਵਾਂ ਨੇ ਆਪਣੇ ਜਰਨੈਲ ਚੜ੍ਹਤ ਸਿੰਘ ਦੇ ਵਾਸਤੇ ਅਰਦਾਸਾਂ ਕੀਤੀਆਂ ਕਿ ਹੇ ਕਲਗੀਆਂ ਵਾਲੇ ਪਿਤਾ, ਚੜ੍ਹਤ ਸਿੰਘ ਦੀ ਸਦਾ ਹੀ ਚੜ੍ਹਦੀ ਕਲਾ ਰਵੇ। ਹਾਂਜੀ, ਹੋਏ ਸਰਦਾਰੀ ਹੈ ਬਿਸਵੇ ਬੀਸ, ਸਿੰਘਾਂ ਨੇ, ਬੀਬੀਆਂ ਨੇ, ਬੱਚਿਆਂ ਨੇ, ਬੁੱਢਿਆਂ ਨੇ, ਦੁਨੀਆਂ ਨੇ ਦੁਆਵਾਂ ਦਿੱਤੀਆਂ, ਚੜ੍ਹਤ ਸਿੰਘ ਦੀ ਚੜ੍ਹਦੀ ਕਲਾ ਰਵੇ, ਇਹਦੀ ਸਰਦਾਰੀ ਹੋਵੇ, ਇਹਦਾ ਰਾਜ ਭਾਗ ਹੋਵੇ, ਇਹਦੀ ਕੁੱਲ ਦੇ ਵਿੱਚ ਪ੍ਰਤਾਪ ਬਣਿਆ ਰਵੇ। ਸਰਬਪੰਥ ਯਹ ਹੋਏ ਸਰਦਾਰ, ਇਹ ਖਾਲਸੇ ਪੰਥ ਦਾ ਸਰਦਾਰ ਬਣੇ, ਪੰਥ ਦੀ ਸਰਦਾਰੀ ਇਹਨੂੰ ਮਿਲੇ। ਹਾਂਜੀ, ਸਭ ਇਸ ਦਿਸ ਦੇਵੇ ਅਸੀਸ ਹਜ਼ਾਰ, ਹਜ਼ਾਰਾਂ ਅਸੀਸਾਂ ਲੋਕਾਂ ਨੇ ਦਿੱਤੀਆਂ। ਸਾਧ ਸੰਗਤ ਜੀ, ਜਿਹਦੇ ਸੰਗਤ ਦੀ ਅਸੀਸ ਹੁੰਦੀ ਹੈ ਉਧਰ ਗੁਰੂ ਦੀ ਵੀ ਅਸੀਸ ਹੁੰਦੀ ਹੈ। ਜਦੋਂ ਦੁਖੀ ਦਿਲਾਂ ਵਿੱਚੋਂ ਕੋਈ ਦੁਆ ਨਿਕਲੀ ਤੇ ਗੁਰੂ ਪਾਤਸ਼ਾਹ ਨੇ ਉਹ ਸੁਣ ਲਈ। ਹਾਂਜੀ, ਕਉ ਕਹਿ ਜੈ ਹੋਈ ਪਾਤਸ਼ਾਹੀ, ਲੋਕ ਕਹਿੰਦੇ, ਕੋਈ ਕਹਿੰਦਾ ਇਹ ਪਾਤਸ਼ਾਹ ਬਣੇਗਾ, ਚੜ੍ਹਤ ਸਿੰਘ ਪੰਜਾਬ ਦਾ ਮਾਲਕ ਬਣੇਗਾ, ਇਹ ਬਾਦਸ਼ਾਹ ਬਣੇਗਾ, ਰਾਜਾ ਬਣੇਗਾ। ਹਾਂਜੀ, ਕਉ ਕਹਿ ਜੈ ਲਾਹੌਰੇ ਪਾਏ, ਕੋਈ ਕਹਿੰਦਾ ਇਹ ਲਾਹੌਰ ਦੇ ਸੂਬ ਤਖਤ ਤੇ ਬੈਠੇਗਾ। ਕਉ ਕਹਿ ਜੈ ਮੁਲਤਾਨ, ਕੋਈ ਕਹਿੰਦੇ ਇਹ ਮੁਲਤਾਨ ਦੇ ਸੂਬਾ ਬਣੇਗਾ, ਮੁਲਤਾਨ ਦਾ ਮਾਲਕ ਬਣੇਗਾ। ਕੋਈ ਕਹਿ ਕਸ਼ਮੀਰ ਔਰ ਕਾਬਲ ਤਾਣ, ਕਹਿੰਦੇ ਕਸ਼ਮੀਰ ਦਾ ਤੇ ਕਾਬਲ ਦਾ ਬਣੇ। ਲੋਕ ਆਪਣੇ ਆਪਣੇ ਦਿਲ ਦੇ ਵਿੱਚੋਂ ਇਹ ਅਰਦਾਸਾਂ ਕਰ ਰਹੇ ਸਨ ਵੀ ਚੜ੍ਹਤ ਸਿੰਘ ਲਾਹੌਰ ਦਾ ਸੂਬੇਦਾਰ ਬਣੇ, ਦੂਜਾ ਕਹਿੰਦਾ ਮੁਲਤਾਨ ਦਾ ਬਣੇ, ਤੀਜਾ ਕਹਿੰਦਾ ਕਸ਼ਮੀਰ ਦਾ ਬਣੇ। ਏਦਾਂ ਲੋਕ ਦੁਆਵਾਂ ਦਿੰਦੇ ਸਨ। ਦਿੱਲੀ ਦੱਖਣ ਪੂਰਬ ਪਹਾੜ, ਕਈ ਸਿੰਘ ਕਹਿੰਦੇ ਦਿੱਲੀ ਦਾ ਵੀ ਇਹ ਬਾਦਸ਼ਾਹ ਬਣੇ ਤੇ ਦੱਖਣ ਤੇ ਪੂਰਬ ਤੇ ਪਹਾੜ ਦਾ ਵੀ ਇਹ ਬਾਦਸ਼ਾਹ ਬਣੇ। ਇਹੀ ਲਵੇ ਸਭ ਕੁੰਟਾ ਚਾਰ, ਕੁੰਟਾ ਦਾ ਬਾਦਸ਼ਾਹ ਬਣੇ ਸਾਡਾ ਚੜ੍ਹਤ ਸਿੰਘ। ਇਹ ਅਸੀਸਾਂ ਸਾਧ ਸੰਗਤ ਜੀ ਉਸ ਪੰਥ ਖਾਲਸੇ ਨੇ ਦਿੱਤੀਆਂ। ਦੇਖੋ ਫਿਰ ਚੜ੍ਹਤ ਸਿੰਘ ਦਾ ਭਾਵੇਂ ਉਹ ਮੌਜ ਨਹੀਂ ਵੇਖ ਸਕਿਆ ਆਪਣੀਆਂ ਅੱਖਾਂ ਨਾਲ, ਪਰ ਉਹਦੇ ਪੋਤਰੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਉਹ ਅਸੀਸਾਂ ਦਾ ਆਨੰਦ ਮਾਣਿਆ ਕਿ ਲਾਹੌਰ, ਮੁਲਤਾਨ, ਪਸ਼ਾਵਰ, ਜੰਮੂ ਕਸ਼ਮੀਰ, ਤਿੱਬਤ ਦੀ ਹੱਦ, ਚੀਨ ਦੀ ਹੱਦ ਤੱਕ ਸਿੱਕਾ ਖਾਲਸੇ ਦਾ ਚੱਲਿਆ, ਔਰ ਅੰਗਰੇਜ਼ ਅਤੇ ਫਰਾਂਸੀਸੀ ਅਤੇ ਪੁਰਤਗਾਲੀ ਵਰਗੀਆਂ ਬਾਹਰਲੀਆਂ ਸਰਕਾਰਾਂ ਨੇ ਵੀ ਲਿਖ ਕੇ ਭੇਜਿਆ ਹੋਇਆ। ਅਜੇ ਵੀ ਲਾਹੌਰ ਦੇ ਤੋਸ਼ੇਖਾਨੇ 'ਚ ਉਹ ਲਿਖਤਾਂ ਪਈਆਂ ਨੇ ਜਿਨ੍ਹਾਂ 'ਤੇ ਉਹਨਾਂ ਨੇ ਲਿਖਿਆ ਹੋਇਆ ਵੀ ਖਾਲਸੇ ਵਰਗੀ ਸਰਕਾਰ ਸੰਸਾਰ ਵਿੱਚ ਕੋਈ ਨਹੀਂ। ਵੱਡੀ ਤਾਕਤ ਇਹ ਬਣਿਆ, ਇਹ ਉਹਨਾਂ ਲੋਕਾਂ ਦੀਆਂ ਦੁਆਵਾਂ ਸਨ, ਉਹਨਾਂ ਦੀਆਂ ਅਰਦਾਸਾਂ ਸਨ ਜਿਨ੍ਹਾਂ ਨੂੰ ਚੜ੍ਹਤ ਸਿੰਘ ਉਸ ਜੰਗ ਦੇ ਵਿੱਚ ਬਚਾ ਕੇ ਲਿਆਇਆ ਸੀ। ਹਾਂਜੀ, ਇਮਕਰ ਕਰੈ ਬਹੀਰ ਅਰਦਾਸ, ਇਹ ਬਹੀਰ ਦੇ ਲੋਕ ਅਰਦਾਸਾਂ ਕਰ ਰਹੇ ਸਨ, ਉਹ ਬਜ਼ੁਰਗ ਮਾਵਾਂ, ਉਹ ਭੈਣਾਂ, ਉਹ ਬੀਬੀਆਂ ਜਿਨ੍ਹਾਂ ਨੂੰ ਬਚਾ ਕੇ ਅਬਦਾਲੀ ਦੇ ਪੰਜੇ 'ਚੋਂ ਲਿਆਇਆ ਸੀ, ਉਹ ਕਹਿ ਰਹੇ ਸਨ ਕਿ ਚੜ੍ਹਤ ਸਿੰਘ ਦੀ ਜੈ ਜੈਕਾਰ ਹੋਵੇ। ਲੱਗੈ ਗੈ ਸਭ ਚੜ੍ਹ ਸਿੰਘ ਖਾਸ, ਚੜ੍ਹਤ ਸਿੰਘ ਦੇ ਨਾਲ ਸਭ ਜੁੜ ਗਏ, ਚੜ੍ਹਤ ਸਿੰਘ ਦੀ ਚੜ੍ਹਤ ਹੋ ਗਈ ਖਾਲਸੇ ਦੇ ਵਿੱਚ। ਦੋਹਰਾ ਜਿੱਧਰ ਚੜ੍ਹ ਸਿੰਘ ਚੜ੍ਹ ਤੁਰੈ ਸਭੀ ਸੋ ਤਿੱਤਰ ਜਾਏ, ਜਿੱਧਰ ਚੜ੍ਹਤ ਸਿੰਘ ਜਾਂਦਾ ਸੀ ਉੱਧਰ ਹੀ ਸਾਰੀ ਬਹੀਰ ਉਹਦੇ ਪਿੱਛੇ ਪਿੱਛੇ ਜਾਂਦੀ ਸੀ। ਖਾਲਸੇ ਦਾ ਚੱਲਦਾ ਬਹੀਰ ਉਹਦੇ ਪਿੱਛੇ ਪਿੱਛੇ ਚੱਲਦਾ ਚੱਲਦਾ ਗਹਿਲਾਂ ਦੇ ਇਲਾਕੇ ਤੱਕ ਜਾ ਪਹੁੰਚਿਆ, ਬਰਨਾਲੇ ਦੇ ਇਲਾਕੇ ਜਾ ਪਹੁੰਚਿਆ। ਆਦਰ ਸਭ ਖਾਲਸੋ ਕਰੈ ਜੁੱਤ ਫਤਿਹ ਸਭ ਪਾਏ, ਸਾਰਾ ਖਾਲਸਾ ਉਹਦਾ ਆਦਰ ਕਰਦਾ ਸੀ। ਚੜ੍ਹਤ ਸਿੰਘ ਦੀ ਚੜ੍ਹਤ ਹੋਈ ਖਾਲਸੇ ਦੇ ਵਿੱਚ ਵੱਡੇ ਘੱਲੂਘਾਰੇ ਤੋਂ ਬਾਅਦ। ਵੈਸੇ ਤਾਂ ਉਹ ਪਹਿਲਾਂ ਵੀ ਬਚਪਨ ਤੋਂ ਹੀ ਉਹ ਸਾਧ ਸੰਗਤ ਜੀ ਪੰਥ ਦੇ ਨਾਲ ਰਿਹਾ ਸੀਗਾ। ਜਦੋਂ
अहमद शाह अबदाली दे नाल पहली टक्कर होई, उदों अजे उहदी दाढ़ी भी नहीं सी उतरी, ते उह जवान होया पंथ दे जंगां युद्धां विच ही, ते लड़दा 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 ही उह शहीद होया। ऐसा उह महाबली योधा सी। उस वेले जिन्ने भी आगू सन पंथ दे, उहनां दे विच सारिआं च गुरबाणी दा रंग सीगा। कदी भाई कान सिंह जी नाभा दे महान कोश विचों इन्हां सरदारां दे नाम पढ़दे आ, पंथ प्रकाश विचों पढ़दे आ, पुरातन होर ग्रंथां चों रतग्यानी ज्ञान सिंह जी दे तवारी गुरु खालसा चों पढ़दे आ, उत्थे नाल लिखिआ हुंदा कि इह सिंह इन्ना नितनेमी सी, इन्ना भजनीक सी, इह इन्ना बहादुर सी, इह धर्मवीर सी, जसा सिंह आलूवालिया, जसा सिंह रामगढ़िया, जय सिंह कन्हैया, हरी सिंह भंगी, एक तो एक चढ़दे जोधे पंथ खालसे दे सन। हाँ जी, चौपाई सब खालसे मैं आदर पावै, चढ़त सिंह दी हर पासे जय जयकार हो रही, सारे खालसे आदर सन्मान हुंदा सी, लगै दीवान तै पहलो बुलावै, जिथे खालसे दीवान सजदा सी गुरमता हुंदा सी, चढ़त सिंह नूं पहला बुलांदे सन, उहदी राय मन्नी जांदी सी, जो पंथ नूं उह सलाह देंदा सी बाकी पंथ उहदी सलाह मन लैंदा सी, शाम सिंह नारले वाले वर्गे जरनैल अते जय सिंह कन्हैया सारे ही एक दूजी दे नाल सहमति। उदो खालसे इस नहीं सी कि मेरी गल मनो दूजा कवे मेरी मनो, जो जथेदार कहे सो देता सगल पंथ मान सो लेता, जो जथेदार कह दिंदा सी सारा पंथ मान लैंदा सी। हाँ जी, नजराना उसे पहलो पहुंचावे, और जदों साध संगत जी कोई मामला कट्ठा करके लियांदे सन, कोई वड्डा खजाना लुटमार हुंदी सी, चढ़त सिंह दा हिस्सा पहला कढ दिंदे सन, चढ़त सिंह नूं कफे खुले दिंदे सन, क्योंकि उहदे नाल फौज बड़ी सी, फौज दे हिसाब नाल सिंघां नूं माया दी वी लोड़ रहिंदी सी, ते उह खर्चा जिहड़ा सी चढ़त सिंह दा हिस्सा उहनूं मिलदा सी। दोहरा कल्लू कारो कराए कै सिंह बड़े बिराड़न जाए, बहुत बड़ा भारी कल्लू कारा होया रायकोट तो लै करके बरनाले तक, ये सारा इलाका कई मीलों के चुड़चौड़ी लड़ाई सी, कई मीलों च लम्मी लड़ाई सी, थां थाई लाशां खिलर गई, पंथ का बहुत नुकसान होया, 30,000 के लगभग सिख मारे गए। शाम को साध संगत जी सिंह बरनाले दे इलाके च अगे बराड़ा दे इलाके च जा बड़े, फटे तके बहन को जात गुजर कराए, टुटे सन, फटे सन, थके सन, सट्टां लगियां होईयां, कोई सिख सिपाही नहीं सी जिहनूं 2-4 जख्म ना लगे, कईयां नूं 20-20 जख्म लगे सन, जस्सा सिंह आलूवालिए नूं 22 जख्म लगे सन, उह इन्नी माड़ी हालत विच घोड़े भी सब जख्मी होए पए सन, ते बच्चे बीबिया बुढ़े भी बीमार भी नाल सन, उन्होंने भी सामभना सी, अपनिया भी जाना बचाणिया सन, सिंह मालवे की धरती ते जदों आ गए, सिंगन बराड़न की जिम्मे सुनाओ बिगड़ी बात, अगे आके बराड़ा नाल सिंह की गल बिगड़ गई, वह किवें बिगड़ी वह भी दसते हैं, जब सिंह आवे मालवे करे सिंगन को कात, जदों सिंह पिंडा विच आउंदे सन कुछ सिंह तो सियाने जड़े सन, बाबा आला सिंह जी ये भी बराड़ वंश के राजे सन, तो कई होर भी सन जड़े बराड़ सिखा की सेवा करया करते सन, दसवें पातशाह के समय भी बराड़ा के दो जथे बन गए, साहब श्री गुरु गोबिंद सिंह कलगीधर पातशाह जदों मालवे आए तो 1400 सिंह बराड़ तनखाह से भर्ती किए महाराज, जदों तनखाह से भर्ती किए तो साध संगत जी महाराज जदों डल्ले के इलाके च वड़न लगे ना, तो बराड़ा ने घोड़े की वाक फड़ ली, कहते महाराज साड़ी तनखाह दे के जाओ, महाराज कहते अगे चलो साबुक इलाके उत्थे तुहानू तनखाह दे देंगे, कहते नहीं तुसीं उत्थे जा के सानू कुछ नहीं देना, सानू पता है हुणे दिओ इत्थे ही लैणी, दसवें पातशाह कहते भाई इस वेल तो खजाना खाली है हुण की देईए, कहते नहीं तनखाह तां असीं इत्थे ही लैणी, महाराज का घोड़ा रोक लिया, जदों घोड़ा रोक लिया पातशाह ने पत्थर जो तीर कढ के असमान वल चलाया,
बड़ी जबर जंग बरसात होई, मीह पिया ते बराड़ भज के दरख्तों थले झाड़ियां च लुकते फिरन। महाराज अगे नहीं गए, खड़े रहे। इन्हे नूं एक शाहूकार लुबाणा जिहा सिख बनिया होया ते आ के कहिंदा, महाराज जी मैं वपार कीता सी, गुरु के खजाने लई माया अरदास कराणी है, दसवंध देना है, लै लो। है तां उह खजाना गुप्त सी महाराज दे कोल आया। महाराज ने सारे नूं तनखावां वंडियां पर सतगुरु प्रीख्या पा दित्ती। कहण लगे, बई 1400 ते 1400 लैण ला के आई जो ते तनखाह लई जो, पर एक गल बचने है, सिक्खी लैनी के तनखाह लैनी। एक पासे जे ते कहिंदे तनखाह लैनी, महाराज चुप ढाल भर के दे दिंदे। जे कहिंदे सिक्खी लैनी, पर सिक्खी कवे किहड़ा, तनखाह प्यारी सीगी। 1400 ने तनखाह लई। एक भाई दान सिंह बराड़, जदों उहदी वारी आई, महाराज कहिंदे दान सिंह तनखाह लैनी के सिक्खी? कहिंदा जी सिक्खी लैनी। महाराज बड़े खुश होए, कहिण लगे, दान सिंह तूं मालवे की सिक्खी रख ली, मां सिंह ने माझे की सिक्खी रख ली, ते दान सिंह ने मालवे की सिक्खी रख ली। सो बराड़ा ने दो उदों ही दो धड़े बन गए, एक वो जड़े तनखाह लै गए, एक वो जड़े सिक्खी लै गए। जिहड़े दा सन गुरु की सिक्खी वाले, वो तो आए हुए सिंघां की सेवा करते, ते जिहड़े सन वो तनखावां वाले, वो आए गए सिंघां दा घोड़ा समान जो होवे चुरा के लै जांदे। वो माझे चों सिंघ आए बेचारे थके टुटे मालवे च, पिंडा दा मसीह भेद नहीं सी हुंदा, ते उन्हां नूं वो कहिंदे वी इत्थे आ क्यों गए ने, कहिंदे ये साडे घोड़िया, इन्हां साडे पट्ठे डंगरां दे, इन्हां दे घोड़े खा जाणगे। वो सिंघां नूं फिर ना टिकण नहीं दिंदे। चौपाई सिंगण को निज माल चुरावे, सिंघ दा मुसीबत दे दिन कट्टण आए माझे चों, ते मालवे दे बराड़ जिहड़े हन ਉਹ ਸਿੰਘਾਂ ਦੇ ਮਾਲ ਚੁਰਾਉਣ ਲੱਗ ਪਏ। ਸਿੰਘਾਂ ਪਰਦੇਸੀ ਤੱਕ ਖੋ ਖਾਵੇ, ਪਰਦੇਸੀ ਸਮਝ ਕੇ ਸਿੱਖਾਂ ਨੂੰ ਘੂਰਨ ਲੱਗ ਪਏ। ਕਈ ਵਾਰੀ ਸਿੱਖਾਂ ਦੇ ਕੋਲ ਸਿੰਘਾਂ ਸਮਾਨ ਹੋਣਾ, ਸਿੰਘ ਇਕੱਲੇ ਤੋਂ ਇਕੱਲੇ ਹੋਣੇ, ਉਹਨਾਂ ਨੇ ਖੋ ਲੈਣਾ। ਹਾਂਜੀ, ਸਿੰਘ ਸੌਣ ਤੇ ਟਲਤੇ ਜਾਏ, ਸਿੰਘ ਉਹਨਾਂ ਦਾ ਟੁਟਾਲਾ ਕਰਦੇ, ਟਾਲਾ ਇਸ ਕਰਕੇ ਕਰਦੇ ਵੀ ਜਿਹਨਾਂ ਦੇ ਵਾਸ ਵਸਣਾ ਹੋਵੇ ਨਾ, ਉਹਨਾਂ ਨਾਲ ਵਿਗਾੜੀ ਨਹੀਂ ਜਾਂਦੀ ਵੀ ਅਸੀਂ ਤਾਂ ਇਹਨਾਂ ਦੇ ਪਿੰਡਾਂ 'ਚ ਟਾਈਮ ਕੱਟਣ ਆਏ ਹਾਂ, ਇਹਨਾਂ ਦੇ ਖੂਹਾਂ ਤੋਂ ਪਾਣੀ ਭਰਨਾ ਹੈ, ਇਹਨਾਂ ਦੇ ਖੇਤਾਂ 'ਚੋਂ ਪੱਠੇ ਚੁੱਕਣੇ ਨੇ, ਰੋਟੀ ਵੀ ਖਾਣੀ ਹੈ, ਅਤੇ ਆਪਾਂ ਜੇ ਇਹਨਾਂ ਨਾਲ ਲੜਾਂਗੇ ਤਾਂ ਇਹ ਸਾਨੂੰ ਇੱਥੇ ਟਿਕਣ ਨਹੀਂ ਦੇਣਗੇ। ਇਸ ਕਰਕੇ ਉਹ ਵਿਚਾਰੇ ਸਿੰਘ ਜਿਹੜੇ ਨੇ ਦਰ ਗੁਜ਼ਰ ਕਰਦੇ ਹਨ। ਦੂਰਾਂ ਦੇਸੀ ਸਿੰਘ ਕਰਾਹੇ, ਦੂਰਾਂ ਦੇਸੀ ਸੋਚਦੇ ਆ ਵੀ ਟਾਈਮ ਤਾਂ ਕੱਟਣਾ ਹੀ ਹੈ ਨਾ, ਉੱਧਰ ਸਰਕਾਰ ਨਹੀਂ ਕੱਟਣ ਦਿੰਦੀ, ਇੱਧਰ ਇਹ ਲੋਕ ਸਾਨੂੰ ਨਹੀਂ ਟਿਕਣ ਦਿੰਦੇ, ਫਿਰ ਕਿੱਥੇ ਜਾਵਾਂਗੇ, ਇੱਥੇ ਵੀ ਨਾ ਟਿਕੇ ਤਾਂ। ਹਾਂਜੀ, ਹਮ ਆਵਤ ਹੈ ਇਨਕੇ ਘਰ, ਅਸੀਂ ਇਹਨਾਂ ਦੇ ਘਰ ਆਉਂਦੇ ਹਾਂ, ਇਹ ਮਾਲਵੇ ਦੇ ਮਾਲਕ ਹਨ, ਇੱਥੋਂ ਦੇ ਵਸਿੰਦੇ ਹਨ। ਘੋੜੇ ਲੋਕ ਪਤਾ ਨਹੀਂ ਵੀ ਸਾਡੀ ਲੜਾਈ ਦਾ ਮਕਸਦ ਕਿੱਡਾ ਵੱਡਾ ਹੈ। ਸਵਾਦ ਸਾਨੂੰ ਇਹਨਾਂ ਨਾਲ ਬਣਾ ਕੇ ਰੱਖਣੀ ਚਾਹੀਦੀ, ਨਾਲ ਵਿਗਾੜਨੀ ਨਹੀਂ ਚਾਹੀਦੀ। ਹੁਣ ਕੇ ਭਾਗ ਉਤੇ ਨਾ ਪਰ ਉਹਨਾਂ ਦੇ ਭਾਗ ਮਾੜੇ ਜਿਹੜੇ ਪੰਥ ਦੀ ਸੇਵਾ ਨਹੀਂ ਕਰਦੇ। ਨਾ ਤੇ ਸਤਿਗੁਰ ਕੇ ਕਹਿ ਚੱਲੇ, ਇਹ ਨਾ ਸਤਿਗੁਰਾਂ ਦੇ ਕਹੇ ਚੱਲੇ। ਹਾਲਾਂਕਿ ਗੁਰੂ ਸਾਹਿਬ ਜੀ ਨੇ ਬੈਰਾੜ ਕੌਮ ਨੂੰ ਜਿੰਨਾ ਮਾਣ ਦਿੱਤਾ, ਦਸਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਜਫਰਨਾਮੇ ਵਿੱਚ ਮਹਾਰਾਜ ਲਿਖਦੇ ਆ, ਔਰੰਗਜ਼ੇਬ ਤੂੰ ਇੱਥੇ ਦੀਨੇ ਕਾਂਗੜ ਆ ਜਾ, ਤੈਨੂੰ ਇੱਥੇ ਕੋਈ ਖਤਰਾ ਨਹੀਂ। ਹਮੂ ਕੌਮ ਬੈਰਾੜ ਹੁਕਮੇ ਮਰਾਸਤ, ਮੇਰੀ ਬੈਰਾੜ ਕੌਮ ਮੇਰੇ ਹੁਕਮ ਵਿੱਚ। ਇੰਨਾ ਮਾਣ ਸਤਿਗੁਰਾਂ ਨੇ ਦਿੱਤਾ, ਪਰ ਫਿਰ ਵੀ ਤਨਖਾਹਾਂ ਮੰਗ ਲਈਆਂ। ਇਸ ਕਰਕੇ ਉਹ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਤੋਂ ਨਹੀਂ ਟਲੇ ਤਾਂ ਸਾਨੂੰ ਇਹ ਕੀ ਸਮਝਣਗੇ। ਸਤਿਗੁਰ ਫਿਟਕ ਦਈ ਬੁੱਧ ਮਾਰ, ਮਹਾਰਾਜ ਨੇ ਜਦੋਂ ਇਹਨਾਂ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ, ਫਿਟਕ ਦੇ ਦਿੱਤੀ, ਬੁੱਧ ਮਾਰੀ ਗਈ। ਆਈ ਹੋਣੀ ਉਹਨ ਕਰਨ ਖੁਆਰ, ਹੋਣੀ ਇਹਨਾਂ ਦੇ ਸਿਰ ਤੇ ਆਈ ਹੋਈ ਹੈ ਖੁਆਰ ਕਰਨ ਵਾਸਤੇ। ਕਿਸੈ ਸਿੰਘੀ ਤ੍ਰਿਆ ਤਕਾਵੈ, ਜੋ ਬਰਾੜ ਜਿਹੜੇ ਗੁਰੂ ਘਰ ਨੂੰ ਨਹੀਂ ਮੰਨਦੇ ਸਨ, ਸਿੱਖੀ ਤੋਂ ਦੂਰ ਸਨ, ਉਹਨਾਂ ਨੇ ਮਾਲਵੇ ਵਿੱਚ ਵੀ ਸਿੱਖਾਂ ਨਾਲ ਵਾਧੇ ਕੀਤੇ, ਬਹੁਤ ਜ਼ਿਆਦਾ ਵਾਧੇ ਕੀਤੇ, ਜਿਸ ਕਰਕੇ ਮਾਲਵੇ ਵਿੱਚ ਵੀ ਸਿੱਖਾਂ ਦਾ ਰਹਿਣਾ ਮੁਸ਼ਕਲ ਹੋ ਗਿਆ। ਹਾਲਾਂਕਿ ਸਰਦਾਰ ਆਲਾ ਸਿੰਘ ਜੀ ਬਰਾੜ, ਉਹ ਸਿੱਖਾਂ ਦੇ ਨਾਲ ਮਦਦ ਕਰਦੇ ਸਨ, ਲੱਗਦੇ ਬਸ ਸਿੰਘਾਂ ਦੀ ਸੇਵਾ ਵੀ ਕਰਦੇ ਸਨ, ਲੰਗਰ ਪ੍ਰਸ਼ਾਦੇ ਦੀ
पर पिंडा दी लोक पब्लिक नू कौन समझावे, पिंडा दे लोकां नू जिहड़ी आम लोग जनता होंदी है उन्हां दी सोच जिहड़ी होंदी है वह थोड़ी सीमित ही होंदी, सारयां दी सोच वड्डी नहीं होंदी। कोई भी मूवमेंट है, कोई भी लड़ाई है, जदों कोई कौम किसी वड्डे मकसद नू तुरदी है तां उहदे विच्चों जिहड़े हन 10-20% उस मकसद नू समझण वाले होंदे है ते 90% भंडी करन वाले होंदे है। वह समा ऐसा सी जदों अपने ही दुश्मन बन जाते। जे देखा जाए अबदाली 7 बगाना सी, वह दूरों आता सी, सारयां नू लुटदा सी, कल्ला सिखां नू थोड़ा लुटदा सी, अबदाली हिंदुआं नू भी लुटदा सी, अबदाली मुसलमानां नू भी लुटदा सी, पंजाब दे कोई बंदे नू नहीं, वह तो दिल्ली के मुगल बादशाह नू नहीं सी छड्डदा, उहनू भी लुट के लैंदा सी। ते फिर भी ये लोग जिहड़े ने अबदाली दे पक्ष विच खलो जांदे ते सिखां नू मारन डे पैंदे। इत्थों ये भाई रतन सिंह जी लिख रहे हैं इहो जी वर्तारा बणिया। बुलावे सिंह लाए अद्धो नाम, सिंह दे अद्धे नाम लैके बुलाया करना, बाबे जसा सिंह वर्गिया नू जसा कह के बुलाना, ते फिर उन्हां नू दुख तां लगदा ही सिंघां नू वी बड़ा माड़ा काम है। असीं तां अपने भरा समझ के आए वी चलो साडे देश भाई हन, असीं वी गुरु नू मन्नदे आ, इह वी गुरु नू मन्नदे आ, पर ओह नहीं मन्नदे। कह छड्डो तुम हमरो गाम, दो चार दिन सिख रहे, दो चार दिन बाद बराड़ा ने कहना चल साडा पिंड छड्डो बई, तुसीं ते पक्का डेरा ला के बह गए, इत्थे की करोगे, जाओ अगे। वह फिर सिंह तंग आ के अगले पिंड जाते, अगले पिंड भी उही हाल। मालवे दे विच भी सिखां नू बहुत ज़्यादा दुर्दशा सहनी पई। वड्डे घल्लूघारे की एक कथा पाई।